ਅੱਜ ਦੇ ਸਮੇਂ 'ਚ ਪਾਣੀ ਸਾਡੇ ਕੋਲ ਹੈਗਾ ਫਿਲਟਰ ਕੀਤਾ ਹੋਇਆ ਫਿਲਟਰ ਆਰਓ ਵਾਲਾ ਪਾਣੀ ਆਰਓ ਵਾਲਾ ਪਾਣੀ ਸਾਫ਼ ਪਾਣੀ ਬਟ ਮੈਂ ਨਾਲੇ ਵੀ ਕਹਦੇ ਆਂ ਖਾਲੀ ਪਾਣੀ ਜੇ ਆਰਓ ਵਾਲਾ ਪਾਣੀ ਸੇਠ ਸਾਡੀ ਸੇਤ ਲਈ ਚੰਗਾ ਹੈ ਤਾਂ ਸਾਡੀ ਫਿਰ ਉਮਰ ਦਰਦ ਕਿਉਂ ਕੱਟ ਰਹੀ ਆ ਸਾਨੂੰ ਅਟੈਕ ਜਲਦੀ ਕਿਉਂ ਆ ਰਿਹਾ ਸਾਡੀਆਂ ਹੱਡੀਆਂ ਖੋਖਲੀਆਂ ਕਿਉਂ ਹੋ ਰਹੀਆਂ ਨੇ ਜੋੜ ਖੜਖੜ ਕਿਉਂ ਕਰ ਰਹੇ ਨੇ ਮੋਟਾਪਾ ਕਿਉਂ ਵੱਧ ਰਿਹਾ ਡਿਪਰੈਸ਼ਨ ਕਿਉਂ ਵੱਧ ਰਿਹਾ ਕਿਉਂਕਿ ਪਾਣੀ 'ਚ ਜਿਹੜੇ ਗੁੱਡ ਮਿਨਰਲਸ ਮਿਲਦੇ ਸੀ ਖਣਿਜਤਕ ਮਿਲਦੇ ਸੀ ਉਹ ਜਦੋਂ ਅਸੀਂ ਦੂਸ਼ਿਤ ਇਹ ਪਾਣੀ ਨੂੰ ਸਾਫ਼ ਕਰਨ ਪਹਿਲਾਂ ਤਾਂ ਪਾਣੀ ਦੂਸ਼ਿਤ ਹੋਇਆ ਹੈ ਫਿਰ ਉਹਨੂੰ ਸਾਨੂੰ ਸਾਫ਼ ਕਰਨਾ ਪਿਆ ਹੈ ਮਸ਼ੀਨ ਲਗਾ ਕੇ ਤਾਂ ਉਹ ਸਾਫ਼ ਹੋਣ ਤੋਂ ਬਾਅਦ ਉਸ ਮਸ਼ੀਨ ਨੇ ਸਿਰਫ ਉਹਨੇ ਤੁਹਾਨੂੰ ਕਲੀਅਰ ਕਰਕੇ ਦੇ ਦਿੱਤਾ ਪਾਣੀ ਜੇ ਦੀ ਆਪਾਂ ਘਰੇਲੂ ਰੈਮਡੀਜ਼ ਵੀ ਦੱਸਾਂਗੇ ਕਿ ਇਹਨੂੰ ਤੁਸੀਂ ਮਿਨਰਲ ਰਿਚ ਕਿਵੇਂ ਬਣਾਉਣਾ ਹੈ ਖਣਿਜ ਤੱਤਾਂ ਨਾਲ ਭਰਨਾ ਕਿਵੇਂ ਇਹਨੂੰ ਖਾਲੀ ਨਾ ਪੀਓ ਖਾਲੀ ਪਾਣੀ ਨਾਲ ਤੁਹਾਡੇ ਸੈੱਲ ਦੀ ਪਿਆਸ ਨਹੀਂ ਬੁਝਦੀ ਜਿਵੇਂ ਕਿ ਪਾਣੀ ਨੂੰ ਅਸੀਂ ਬਿਜਲੀ ਦਾ ਚੰਗਾ ਸਰੋਤ ਮੰਨਦੇ ਹਾਂ ਗੁੱਡ ਕੰਡਕਟਰ ਮੰਨਦੇ ਹਾਂ ਜਿਸ ਦੇ ਨਾਲ ਸਾਨੂੰ ਇਹ ਸਮਝ ਲੱਗੂ ਕਿ ਸਾਡਾ ਪਾਣੀ ਖਾਲੀ ਹੈ ਜਾਂ ਭਰਿਆ ਤਾਂ ਨਾਰਮਲੀ ਹੈ ਕਿ ਜਦੋਂ ਪਾਣੀ ਦੇ ਵਿੱਚ ਮਿਨਰਲਸ ਹੋਣਗੇ ਤਾਂ ਉਹ ਤਾਂ ਹੀ ਪਿਛਵਾਰੀ ਬਿਜਲੀ ਨੂੰ ਪ੍ਰੋਪਰ ਪਾਸ ਕਰ ਸਕੇਗਾ ਠੀਕ ਹੈ ਤਾਂ ਤੁਹਾਨੂੰ ਇਹ ਬਹੁਤ ਮੱਧਮ ਮਿਲੇਗਾ ਇਹਦੇ ਵਿੱਚ ਔਰ ਜੇ ਤੁਸੀਂ ਹਾਈ ਟीडीएस ਤੇ ਕੀਤਾ ਹੋਏਗਾ ਤੁਹਾਨੂੰ ਇਹ ਵੀ ਨਹੀਂ ਮਿਲੇਗਾ ਠੀਕ ਹੈ ਤਾਂ ਇਸ ਟਾਈਮ ਮੈਂ ਚਾਹੂੰਗਾ ਕਿ ਤੁਸੀਂ ਇਸ ਵਾਇਰ ਨੂੰ ਪਕੜ ਕੇ ਰੱਖੋ ਇਹ ਮੈਗਨੀਸ਼ੀਅਮ ਥੈਰੇਪੀ ਹੈ ਮੈਂ ਤੁਹਾਨੂੰ ਕਿਹਾ ਸੀ ਕਿ ਜੇ ਤੁਸੀਂ ਕਿਸੇ ਰੋਗ 'ਚ ਫਸੇ ਹੋਏ ਤਾਂ ਤੁਹਾਨੂੰ ਥੈਰੇਪੀ ਵੱਲ ਮੂਵ ਕਰਨਾ ਪਏਗਾ। ਅਗਰ ਤੁਸੀਂ ਤੰਦਰੁਸਤੀ ਦੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਘਰ ਦੀ ਹੋਮ ਰੈਮਡੀ ਜਿਹੜੀ ਆਪਾਂ ਅੱਗੇ ਦੱਸਾਂਗੇ ਉਹਨੂੰ ਅਪਣਾਉਣਾ ਪਏਗਾ। ਤਾਂ ਜਿੰਨੇ ਵੀ ਰੋਗੀ ਨੇ ਚਾਹੇ ਉਹ ਟਿਊਮਰ ਨਾਲ ਜੁੜੇ ਨੇ, ਚਾਹੇ ਉਹ ਫਾਈਬਰੋਇਡ ਨਾਲ ਜੁੜੇ ਨੇ, ਚਾਹੇ ਉਹ ਗੋਲਸਟੋਨ ਨਾਲ ਜੁੜੇ ਨੇ, ਚਾਹੇ ਉਹ ਲੀਵਰ ਦੀ ਸਿਸਟ ਨਾਲ ਜੁੜੇ ਨੇ, ਚਾਹੇ ਪੈਨਕ੍ਰੀਆ ਦੀ ਸਿਸਟ ਨਾਲ ਜੁੜੇ ਨੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਐਕਸਟਰਾ ਗ੍ਰੋਥ ਜਿੱਥੇ ਬਾਡੀ ਆਪਣੇ ਅੰਦਰ ਕੈਂਸਰ ਦਾ ਮਾਹੌਲ ਬਣਾ ਰ ਉਥੇ ম্যাগਨੀਸ਼ੀਅਮ ਥੈਰੇਪੀ ਰਾਹੀਂ ਹੀ ਜਿਹੜੀ ਕਿ ਡਾਕਟਰ ਲਾਇਨਸ ਕੋਲਿੰਦੀ ਟੂ ਟਾਈਮ ਨੋਬਲ ਪ੍ਰਾਈਜ਼ Winner ਦੀ ਥਿਉਰੀ ਆ ਉਹਦੇ ਉਹਨੂੰ ਅਸੀਂ ਇੰਟਰੋਡਿਊਸ ਕਰਵਾਉਂਦੇ ਆ ਇਹ ਪਿਛਲੇ 16 ਸਾਲ ਤੋਂ ਅਸੀਂ ਉਹ ਆਪਣੇ ਟਰੀਟਮੈਂਟ ਚ ਐਜ਼ ਅ ম্যাগਨੀਸ਼ੀਅਮ ਥੈਰੇਪੀ ਦੇ ਰਹੇ ਆ ਤਾਂ ਇਹ ਪਾਣੀ ਦੇ ਵਿੱਚ ਜਿਵੇਂ ਐਡ ਹੁੰਦੀ ਆ ਤਾਂ ਜਿਹੀ ਦੇਖੋ 200 20 ਵੋਲਟੇਜ ਦੇ ਨਾਲ ਜੋੜਿਆ ਹੈ ਲੇਕਿਨ ਬਲਬ 0 ਵੋਲਟ ਵੋਲਟੇਜ ਵਾਲੇ ਲੈਵਲ ਤੇ ਜਾਗ ਰਿਹਾ ਤਾਂ ਜਿਵੇਂ ਆਪਾਂ ਇਹਦੀਆਂ ਕੁਝ ਡਰਾਪਸ ਪਾਣੀ ਦੇ ਵਿੱਚ ਐਡ ਕਰਦੇ ਆਂ ਤਾ ਉਸੇ ਟਾਈਮ ਬਲਬ ਆਪਣੇ ਪ੍ਰੋਪਰ ਵੋਲਟੇਜ ਆ ਜਾਂਦੇ ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਦੋਂ ਹੀ ਅਸੀਂ ਤੁਹਾਡੇ ਰੂਬਰੂ ਹੁੰਨਿਆਂ ਤਾਂ ਤੁਹਾਡੀ ਸਿਹਤ ਦੀ ਗੱਲ ਕਰਦੇ ਹਾਂ ਸਿਹਤ ਦੇ ਨਾਲ ਜੁੜੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ ਤੇ ਕਈ ਵਾਰ ਰੋਗ ਜਿਹੜਾ ਤੁਹਾਡਾ ਹੁੰਦਾ ਹੈ ਇੰਨਾ ਗੰਭੀਰ ਨਹੀਂ ਹੁੰਦਾ ਪਰ ਆਪਾਂ ਉਸ ਰੋਗ ਨੂੰ ਜ਼ਿਆਦਾ ਸੀਰੀਅਸ ਲੈ ਜਾਂਦੇ ਹਾਂ ਤੇ ਹੋਰ ਵੀ ਵਿਗੜ ਜਾਂਦਾ ਹੈ ਘਬਰਾਉਣ ਦੀ ਲੋੜ ਨਹੀਂ ਹੁੰਦੀ ਜੇ ਇੱਕ ਰੋਗ ਲੱਗ ਵੀ ਜਾਵੇ ਤਾਂ ਉਹਦਾ ਇਲਾਜ ਵੀ ਹੁੰਦਾ ਹੈ ਤੇ ਕੋਈ ਨਾ ਕੋਈ ਅਜਿਹੀ ਰੂਹ ਹੁੰਦੀ ਹੈ ਕੋਈ ਨਾ ਕੋਈ ਅਜੀਹਾ ਆਸਰਾ ਬਣਦਾ ਹੈ ਜਿਹੜਾ ਤੁਹਾਡੇ ਉਸ ਰੋਗ ਨੂੰ ਪਹਿਚਾਨਦਾ ਹੈ ਤੇ ਤੁਹਾਨੂੰ ਉਹਦੇ ਤੋਂ ਮੁਕਤੀ ਦਵਾ ਦਿੰਦਾ ਹੈ ਅੱਜ ਅਸੀਂ ਪਹੁੰਚੇ ਹਾਂ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਜਿੱਥੋਂ ਦੇ ਡਾਕਟਰ ਵਰਿੰਦਰ ਸਿੰਘ ਪੁੱਲਰ ਇੱਕ ਅਜਿਹੀ ਤਕਨੀਕ ਦੇ ਉੱਤੇ ਕੰਮ ਕਰ ਰਹੇ ਨੇ ਇੱਕ ਅਜਿਹੀ ਪ੍ਰਣਾਲੀ ਦੇ ਉੱਤੇ ਕੰਮ ਕਰ ਰਹੇ ਨੇ ਤੁਹਾਡੇ ਲਈ ਵੀ ਜਾਨਣਾ ਬੜਾ ਜ਼ਰੂਰੀ ਹੈ ਇਹਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਅ ਡੀ 5 ਪੰਜਾਬੀ ਉਹ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਬਹੁਤ ਸੁਣਿਆ ਸੀ ਤੁਹਾਡੇ ਬਾਰੇ ਤੇ ਅੱਜ ਦਰਸ਼ਨ ਹੋਏ ਨੇ ਤੇ ਕੋਸ਼ਿਸ਼ ਇਹ ਹੋਵੇਗੀ ਕਿ ਜਿਹੜਾ ਤੁਹਾਡਾ ਕਨਸੈਪਟ ਆ ਉਹ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਆਪਣੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਤੱਕ ਪਹੁੰਚਾ ਦਈਏ ਅਕਸਰ ਆਪਾਂ ਵੱਖ-ਵੱਖ ਥੈਰੇਪੀਸ ਦੀ ਗੱਲ ਕਰਦੇ ਆ ਜੇਕਰ ਆਪਾਂ ਮੈਡੀਕਲ ਸਾਇੰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੱਖਰੀ ਟੈਕਨੀਕ ਹੈ ਆਯੁਰਵੇਦ ਦੇ ਵਿੱਚ ਵੱਖਰੀ ਹੈ ਪਰ ਜੇਕਰ ਸਾਰਾ ਦਾਰੂਮਦਾਰ ਦੇਖਿਆ ਜਾਵੇ ਤਾਂ ਉਹ ਨੇਚਰਲ ਸਾਇੰਸ ਹੈ ਨੇਚਰਲ ਸਾਇੰਸ ਅਸਲ ਦੇ ਵਿੱਚ ਹੈ ਕੀ ਹੈ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਾਂਗੇ ਅ ਤਰਮਿੰਦਰ ਜੀ ਜੰਨੀਆ ਵੀ ਪੈਥੀਸ ਨੇ ਚਾਹੇ ਨੇਚਰ ਪੈਥੀ ਆਇਆ ਚਾਹੇ ਆਯੁਰਵੈਦਾ ਚਾਹੇ ਹੋਮੋਪੈਥੀ ਹੈ ਚਾਹੇ ਇਲੈਕਟ੍ਰੋਮੋਪੈਥੀ ਹੈ ਇਹ ਸਾਰੇ ਦੀ ਸਾਰੀਆਂ ਨੇਚਰਲ ਸਾਇੰਸ ਦੇ ਹੀ ਸਬਜੈਕਟ ਨੇ ਨੇਚਰਲ ਸਾਇੰਸ ਇੱਕ ਇਸ ਤਰ੍ਹਾਂ ਦੀ ਸਾਇੰਸ ਹੈ ਜਿਹੜੀ ਨੇਚਰ ਨੇ ਇਨਸਾਨ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਸਟੈਬਲਿਸ਼ ਕੀਤੀ ਹੋਈ ਹੈ ਜੀ ਅ ਔਰ ਔਰ ਜਿਹਦੇ ਵਿੱਚ ਉਦੀ ਬਣਾਈ ਹੋਈ ਹੈ ਸਾਇੰਸ ਉਹਦੇ ਕਾਇਦੇ ਕਾਨੂੰਨ ਤੇ ਨਿਯਮ ਚ ਆਲਰੇਡੀ ਬੰਨੀ ਹੋਈ ਆ ਔਰ ਉਹ ਨਿਯਮ ਤੋਂ ਬਾਹਰ ਕਦੀ ਨਹੀਂ ਜਾਂਦੀ ਔਰ ਉਹ ਜਿਵੇਂ ਇਨਸਾਨ ਨੇ ਆਪਣੀ ਬੁੱਧੀ ਦੇ ਨਾਲ ਉਹਨੂੰ ਉਹਦੇ ਤੋਂ ਜੋ ਜੋ ਸਮਝਿਆ ਉਹਨੂੰ ਉਹ ਕੇਟੇਗੋਰੀਜ਼ ਕਰਕੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਪੇਸ਼ ਕੀਤਾ ਹੋਇਆ ਹੈ ਸਾਰੇ ਦਾ ਸਾਰ ਜੀ ਜੀ ਔਰ ਨੇਚਰਲ ਸਾਇੰਸ ਇੱਕ ਜੀਵਨ ਹੈ ਜੀਵਨ ਸ਼ੈਲੀ ਹੈ ਲਾਈਫ ਸਟਾਈਲ ਹੈ ਅ ਇਸੇ ਕਰਕੇ ਅਸੀਂ ਕਦੀ ਵੀ ਕਿਸੇ ਪਾਰਟਿਕুলਰ ਪੈਥੀ ਨੂੰ ਪ੍ਰਮੋਟ ਨਹੀਂ ਕਰਦੇ ਸਾਡਾ ਜਿਹੜਾ ਮੇਨ ਵਿਜ਼ਨ ਫੋਕਸ ਧਿਆਨ ਆ ਜਿਹੜਾ ਉਹ ਇਸੇ ਚੀਜ਼ ਤੇ ਰਹਿੰਦਾ ਕਿ ਅਸੀਂ ਨੈਚੁਰਲ ਸਾਇੰਸ ਦੇ ਸਬਜੈਕਟ ਨੂੰ ਆਪਣੀ ਸੰਗਤ ਨਾਲ ਜਿਹੜੇ ਵੀ ਦਰਸ਼ਕ ਦੇਖ ਰਹੇ ਉਹਨਾਂ ਨੂੰ ਇੰਟਰੋਡਿਊਸ ਕਰਵਾ ਸਕੀ ਕਿਉਂਕਿ ਨੈਚੁਰਲ ਸਾਇੰਸ ਤੋਂ ਜਦੋਂ ਅਸੀਂ ਸਮਝਦੇ ਹਾਂ ਸੁਣਦੇ ਹਾਂ ਔਰ ਪੜ੍ਹਦੇ ਹਾਂ ਤਾਂ ਇਹ ਧਰਤੀ ਤੋਂ ਲੈ ਕੇ ਬ੍ਰਹਿਮੰਡ ਤੱਕ ਲਿੰਕ ਕਰਦੀ ਹੈ ਸਾਡੇ ਜਨਮ ਤੋਂ ਲੈ ਕੇ ਮਰਨ ਤੱਕ ਲਿੰਕ ਕਰਦੀ ਹੈ ਸਾਡੇ ਅੱਜ ਦੀ ਜਿਹੜੀ ਮਾਡਰਨ ਸਾਇੰਸ ਦੀ ਪੀੜ੍ਹੀ ਔਰ ਜੋ ਸਾਡੀ ਪਛੋਕੜ ਨੰਘ ਚੁੱਕਿਆ ਜੋ ਸਾਡੀ ਹਿਸਟਰੀ ਇਤਿਹਾਸ ਹੈ ਉਹਦੇ ਨਾਲ ਸਾਨੂੰ ਇਹ ਜੋੜਦੀ ਹੈ ਔਰ ਸਾਨੂੰ ਸਮਝਣ ਦੇ ਵਿੱਚ ਆਸਾਨੀ ਹੁੰਦੀ ਹੈ ਕਿ ਜਿਹੜਾ ਸਾਡਾ ਸਾਡਾ ਇਹ ਸਰੀਰ ਹੈ ਸਾਡੀ ਜਿਹੜੀ ਬਾਡੀ ਹੈ ਇਹਨੂੰ ਕਿਸੇ ਡਾਕਟਰ ਨੇ ਇਹਨੂੰ ਕਿਸੇ ਸਾਇੰਟਿਸਟ ਨੇ ਇਹਨੂੰ ਕਿਸੇ ਫਾਰਮਾਸਿਸਟ ਨੇ ਨਹੀਂ ਬਣਾਇਆ ਇਹ ਕਿਸੇ ਦੁਨਿਆਵੀ ਫੈਕਟਰੀ 'ਚ ਨਹੀਂ ਬਣਿਆ ਹੋਇਆ ਸਾਡਾ ਸਰੀਰ ਨੇਚਰਲ ਹੈਲਥ ਸਾਇੰਸ ਦਾ ਹੀ ਪ੍ਰੋਡਕਟ ਹੈ ਇਹਨੂੰ ਨੇਚਰ ਨੇ ਆਪਣੀ ਫੈਕਟਰੀ ਚ ਬਣਾਇਆ ਜਦੋਂ ਇਹ ਪ੍ਰੋਡਕਟ ਹੀ ਨੇਚਰਲ ਸਾਇੰਸ ਦਾ ਹੈ ਤਾਂ ਜੇ ਅਸੀਂ ਇਹਨੂੰ ਤੰਦਰੁਸਤ ਰੱਖਣਾ ਹੈ ਇਹਨੂੰ ਬੈਲੈਂਸ ਬਣਾ ਕੇ ਰੱਖਣਾ ਹੈ ਇਹਦੇ ਵਿੱਚ ਖੁਸ਼ੀ ਦੀ ਜਗ੍ਹਾ ਬਣਾਉਣੀ ਹੈ ਇਹਨੂੰ ਨਾਲ ਲੈਂਦੇ ਹੋਏ ਤੁਸੀਂ ਇਸ ਜੀਵਨ ਦੀ ਯਾਤਰਾ ਨੂੰ ਤੈਅ ਕਰਦੇ ਹੋਏ ਆਨੰਦ ਤੇ ਤੰਦਰੁਸਤੀ ਨੂੰ ਅਚੀਵ ਕਰਨਾ ਹੈ ਤਾਂ ਤੁਹਾਨੂੰ ਨੇਚਰਲ ਹੈਲਥ ਸਾਇੰਸ ਨੂੰ ਹੀ ਸਮਝਣਾ ਪਵੇਗਾ ਔਰ ਉਹਦੇ ਬਣਾਏ ਹੋਏ ਨਿਯਮ ਨੂੰ ਹੀ ਸਮਝਣਾ ਪਏਗਾ ਸੋ ਵੈਲਬੀਂਗ ਹੈਲਥ ਆਰਗੇਨਾਈਜੇਸ਼ਨ ਪਿਛਲੇ 16 ਸਾਲ ਤੋਂ ਇਸੇ ਕੰਮ ਦੇ ਉੱਪਰ ਇਸੇ ਕਰਮ ਦੇ ਉੱਪਰ ਇਹਦੀ ਨੇਚਰਲ ਸਾਇੰਸ ਦੀ ਰਿਸਰਚ ਡਿਵੈਲਪਮੈਂਟ ਤੇ ਪ੍ਰੋਮੋਸ਼ਨ ਤੇ ਕੰਮ ਕਰ ਰਹੀ ਹੈ ਆ ਨੋ ਡਾਊਟ ਨੇਚਰ ਨੇ ਹਰ ਚੀਜ਼ ਨੂੰ ਬਣਾ ਕੇ ਰੱਖਿਆ ਹੋਇਆ ਜਿਹੜੀ ਮੈਂ ਰਿਸਰਚ ਸ਼ਬਦ ਯੂਜ਼ ਕਰ ਰਿਹਾ ਉਹਦਾ ਮਤਲਬ ਇਹ ਹੈ ਬਹੁਤ ਸਾਰਾ ਮਾਡਰਨ ਸਾਇੰਸ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਟੈਕਨੀਕਸ ਥਿਉਰੀਜ਼ ਬਹੁਤ ਸਾਰੀ ਇਸ ਤਰ੍ਹਾਂ ਦੀ ਐਜੂਕੇਸ਼ਨ ਗਿਆਨ ਅੱਜ ਦੇ ਸਮੇਂ ਵਿੱਚ ਦਵਾ ਦਿੱਤਾ ਗਿਆ ਹੈਗਾ ਸੋ ਜਿਨੀ ਜਿਨੀ insan ਪਰਮਿਸ਼ਨ ਨੇ ਸਾਨੂੰ ਸਮਝ ਬਖਸ਼ੀ ਹੈ ਉਹਦੇ ਮੁਤਾਬਕ ਅਸੀਂ ਆਪਣੇ ਲੈਵਲ ਤੇ ਰਿਸਰਚ ਐਂਡ ਡਿਵੈਲਪਮੈਂਟ ਦੇ ਰਾਹੀਂ ਉਸ ਚੀਜ਼ ਨੂੰ ਬਾਹਰ ਲਿਆ ਕੇ ਆਪਣੀ ਸੰਗਤ ਆਪਣੇ ਪੰਜਾਬ ਆਪਣੇ ਦੇਸ਼ ਦੇ ਨਾਲ ਇੰਟਰੋਡਿਊਸ ਕਰਵਾ ਰਹੇ ਹਾਂ ਬਿਲਕੁਲ ਜੀ ਪਿਛਲੇ ਲੰਬੇ ਸਮੇਂ ਤੋਂ ਇਸੇ ਕਨਸੈਪਟ ਦੇ ਉੱਤੇ ਕੰਮ ਕਰ ਰਹੇ ਨੇ ਵਿਰਿੰਦਰ ਸਿੰਘ ਪੁੱਲਰ ਹੋਰੀ ਤੇ ਵੈਸੇ ਵੀ ਆਪਾਂ ਸੁਣਦੇ ਹੁੰਨੇ ਆ ਬਜ਼ੁਰਗਾਂ ਤੋਂ ਵੀ ਕਿ ਜਿਹੜਾ ਮਨੁੱਖਾ ਉਹ ਪੰਜ ਤੱਤਾਂ ਦਾ ਪੁੱਤਲਾ ਹੈ ਤੇ ਪੰਜ ਤੱਤ ਉਹਦੇ ਵਿੱਚ ਉਹੀ ਨੇ ਜਿਹੜੇ ਸਾਡੀ ਨੇਚਰ ਨੂੰ ਚਲਾਉਂਦੇ ਨੇ ਜਿਹਦੇ ਵਿੱਚ ਹਵਾ ਵੀ ਹੈ ਪਾਣੀ ਵੀ ਹੈ ਮਿੱਟੀ ਕਾਫੀ ਕੁਝ ਜਿਹੜਾ ਆ ਜਾਂਦਾ ਹੈ ਤਾਂ ਮੇਰੇ ਜਿਹੜਾ ਧਿਆਨ ਦੇ ਵਿੱਚ ਜਿੰਨਾ ਕਨਸੈਪਟ ਸਮਝ ਆ ਰਿਹਾ ਤਾਂ ਉਹ ਇਹਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਅਸੀਂ ਆਪਣੀ ਕੁਦਰਤ ਦੇ ਨਾਲ ਕਿਵੇਂ ਜੁੜਨਾ ਹੈ ਅਸੀਂ ਆਪਣਾ ਜੋ ਖਾਣ ਪਾਣ ਜ਼ਹਿਰੀਲਾ ਹੋ ਰਿਹਾ ਹੈ ਉਹਦੇ ਤੋਂ ਕਿਵੇਂ ਬਚਣਾ ਹੈ ਸਰੀਰ ਨੂੰ ਅਸੀਂ ਆਪਣੇ ਆਪ ਕਿਵੇਂ ਅਜਹੀ ਪਾਵਰ ਦੇ ਦੇਣੀ ਹੈ ਜਿਹੜੀ ਖੁਦ ਉਹਨੂੰ ਕਿਉਰ ਕਰਨਾ ਸ਼ੁਰੂ ਕਰ ਦਵੇ ਜੇ ਮੈਂ ਗਲਤ ਨਹੀਂ ਤਾਂ ਇਹ ਹੈ ਜੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਔਰ ਇਹਨੂੰ ਮੈਂ ਇਹਨੂੰ ਹੋਰ ਥੋੜਾ ਸ਼ਾਰਟ ਔਰ ਸਿੰਪਲ ਕਰਕੇ ਅਗਰ ਮੈਂ ਦੱਸਣ ਦੀ ਗੱਲ ਕਰਾਂ ਆ ਦੇਖੋ ਪੂਰੀ ਦੀ ਪੂਰੀ ਧਰਤੀ ਕਾਰਬਨ ਕੈਮੀਕਲ ਤੇ ਰੇਡੀਏਸ਼ਨ ਦਾ ਜੰਗਲ ਬਣ ਚੁੱਕੀ ਹੈ ਸਾਡਾ ਇਹ ਖਾਣਾ ਉਹ ਜ਼ਹਿਰ ਦੀ ਥਾਲੀ ਦੇ ਨਾਲ ਰੋਸਿਆ ਹੋਇਆ ਹੁੰਦਾ ਹੈ ਜਾਣੇ ਅਣਜਾਣੇ ਦੋਨੇ ਰੂਪ ਦੇ ਵਿੱਚ ਸਾਡਾ ਪੂਰੇ ਤੋਂ ਪੂਰਾ ਜਿਹੜਾ ਦਿਨ ਹੈ ਉਹ ਕੈਮੀਕਲ ਔਰ ਰੇਡੀਏਸ਼ਨ ਕਾਰਬਨ ਦੇ ਵਿੱਚ ਹੀ ਗੁਜ਼ਰਦਾ ਹੈ ਮੈਂ ਇਹਦੇ ਤੇ ਕੋਈ ਇੱਕ ਸਿਆਣ ਇਸ ਤਰ੍ਹਾਂ ਦਾ ਮੈਂ ਕੋਈ ਵੀ ਸਟੇਟਮੈਂਟ ਨਹੀਂ ਦਊਂਗਾ ਜਿਸ ਵਿੱਚ ਮੈਂ ਸੁਣਨ ਵਾਲੇ ਨੂੰ ਇਹ ਲੱਗੇ ਕਿ ਜੀ ਇਹ ਬਹੁਤ ਇੱਕ ਇਨਸਾਨ ਦੀ ਕੋਸ਼ਿਸ਼ ਹੁੰਦੀ ਕਿ ਉਹ ਸਿਆਣਪ ਦੇ ਲੈਵਲ ਤੇ ਬੋਲੇ ਨਹੀਂ ਅ ਮੈਂ ਜਸਟ ਇੱਕ ਉਹਦਾ ਬੇਸ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਬਾਕੀ ਸਰੋਤੇ ਜਿਹੜੇ ਸੁਣ ਰਹੇ ਨੇ ਇਹ ਮੇਰੇ ਨਾਲੋਂ ਵੱਧ ਬੁੱਧੀਮਾਨ ਨੇ ਸਮਝਦਾਰ ਨੇ ਜੀਵਨ ਦਾ ਤਜਰਬਾ ਇਹਨਾਂ ਕੋਲ ਮੇਰੇ ਨਾਲੋਂ ਵੱਧ ਹੈਗਾ ਜਸਟ ਮੇਰਾ ਜਿਹੜਾ ਮੇਰੀ ਸੇਵਾ ਹੈ ਸਾਡੀ ਸੰਸਥਾ ਵੱਲੋਂ ਉਹ ਇਹੀ ਹੈ ਕਿ ਅਸੀਂ ਰੈਫਰੈਂਸ ਨਾਲ ਇੰਟਰੋਡਿਊਸ ਕਰਵਾਉਣਾ ਚਾਹੁੰਦੇ ਹਾਂ ਪੂਰੇ ਦੇ ਪੂਰੇ ਸਰੀਰ ਦਾ ਜਿਹੜਾ ਬੇਸ ਹੈ ਉਹ ਸੈੱਲ ਨੇ ਸਾਡਾ ਸਰੀਰ ਕਈ ਅਰਬਾਂ ਖਰਬਾਂ ਸੈੱਲਾਂ ਤੋਂ ਬਣਿਆ ਹੋਇਆ ਸਿਰਫ ਇਸ ਇਸ ਰੈਫਰੈਂਸ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜੇ ਉਸ ਤੋਂ ਅੱਗੇ ਤੁਹਾਡੇ ਦਿਮਾਗ ਨੇ ਤੁਹਾਡੇ ਰੱਬ ਨੇ ਤੁਹਾਡੀ ਅੰਦਰਲੀ ਰੂਹ ਨੇ ਆਪਣੇ ਆਪ ਉਹਦੇ ਆਨਸਰਾਂ ਤੱਕ ਰੀਚ ਕਰ ਜਾਣਾ ਮਤਲਬ ਪਹੁੰਚ ਜਾਣਾ ਜਿਹੜੇ ਸਾਡੇ ਸੈੱਲ ਨੇ ਨਾ ਇਹ ਟੁੱਟਦੇ ਨੇ ਬਣਦੇ ਨੇ ਟੁੱਟਦੇ ਨੇ ਬਣਦੇ ਨੇ ਔਰ ਹਰ ਸੈੱਲ ਦੀ ਜਿਹੜੀ ਐਂਡ ਖੁਰਾਕ ਹੈ ਉਹ ਨੋ ਡਾਊਟ ਅਸੀਂ ਫੂਡ ਲੈਂਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸਾਡੀ ਬਾਡੀ ਡੇਢ ਤੋਂ 2 ਕਿਲੋ ਕੰਜ਼ੂਮ ਕਰਦੀ ਹੈ ਠੀਕ ਹੈ ਲੇਕਿਨ ਉਹ ਫੂਡ ਤੋਂ ਫੂਡ ਅਸੀਂ ਦੋ ਦੋ ਤਿੰਨ ਵਾਰ ਹੀ ਲੈਨੇ ਆ ਲੇਕਿਨ ਫੂਡ ਤੋਂ ਵੀ ਜ਼ਿਆਦਾ ਜ਼ਰੂਰੀ ਜਿਹੜਾ ਕਿ ਅਸੀਂ ਜਦੋਂ ਸੌ ਰਹੇ ਹੁੰਨੇ ਆ ਉਦੋਂ ਵੀ ਸਾਡੀ ਬਾਡੀ ਉਹਦਾ ਇਨਟੇਕ ਕਰ ਰਹੀ ਹੁੰਦੀ ਆ ਉਹਦੀ ਹਵਾ ਆਕਸੀਜਨ ਤਾਂ ਅਸੀਂ ਉਸ ਆਕਸੀਜਨ ਤੇ ਸੈੱਲ ਦੇ ਸੰਬੰਧ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿਉਂ ਅੱਜ ਰਿਪੋਰਟਸ ਆ ਰਹੀਆਂ ਨੇ ਕਿ ਸਾਡੇ ਕਰਾਂ ਦੇ ਵਿੱਚ ਕੈਂਸਰ ਵਧ ਰਿਹਾ ਕਿਸੇ ਵੀ ਰੂਪ ਚ ਉਹ ਗੱਠਾਂ ਦੇ ਰੂਪ ਚ ਵਧ ਰਿਹਾ ਹੈਗਾ ਉਹ ਟਿਊਮਰ ਦੇ ਰੂਪ ਚ ਵਧ ਰਿਹਾ ਹੈਗਾ ਉਹ ਬਲੱਡ ਕਲੋਟਿੰਗ ਦੇ ਰੂਪ ਦੇ ਵਿੱਚ ਜਿਹੜਾ ਕਿ ਅੱਗੇ-ਅਗੇ ਕਾਰਡੀਓ ਵਾਸਕੂਲਰ ਫੇਲੀਅਰ ਚ ਕਨਵਰਟ ਹੋ ਰਿਹਾ ਹੈ ਉਹ ਫਾਈਬਰੋਇਡ ਸਿਸਟ ਦੇ ਰੂਪ ਚ ਵਧ ਰਿਹਾ ਹੈਗਾ ਉਹ ਬ੍ਰੈਸਟ ਸਿਸਟ ਦੇ ਰੂਪ ਦੇ ਵਿੱਚ ਵਧ ਰਿਹਾ ਹੈਗਾ ਤਾਂ ਇੱਕ ਕੀ ਕਾਰਨ ਹੈਗਾ ਕਿ ਦਿਨ ਬਦ ਦਿਨ ਕੈਂਸਰ ਦੇ ਸੈੱਲ ਸਾਡੀ ਬਾਡੀ ਚ ਵੱਧਦੇ ਜਾ ਰਹੇ ਨੇ ਕੈਂਸਰ ਸੈੱਲ ਹਰ ਬਾਡੀ ਨਾਲ ਲਿਆ ਕੇ ਪੈਦਾ ਹੁੰਦੀ ਹੈ ਲੇਕਿਨ ਬਾਡੀ ਨੂੰ ਕੰਟਰੋਲ ਕਰਕੇ ਵੀ ਰੱਖਦੀ ਹੈ ਤਾਂ ਅਨ ਕੰਟਰੋਲ ਕਿਉਂ ਹੋ ਰਹੇ ਨੇ ਇਸ ਸਾਰੇ ਦਾ ਸਾਰਾ ਜਿਹੜਾ ਬੇਸ ਹੈ ਉਹ ਸੈੱਲ ਦੇ ਨਾਲ ਜੁੜਿਆ ਹੋਇਆ ਜਦੋਂ ਉਹ ਬੇਸ ਵਿਗੜਦਾ ਹੈ ਸੈੱਲ ਤੇ ਉਹਦੇ ਅੰਦਰਲੀ ਮੌਜੂਦ ਹਵਾ ਦਾ ਆਕਸੀਜਨ ਦਾ ਉਸ ਤੋਂ ਬਾਅਦ ਹੀ ਸਰੀਰ ਦੇ ਅੰਦਰ ਜਿਹੜੇ ਹੈਲਦੀ ਸੈੱਲ ਤੋਂ ਦੇ ਨਾਲ-ਨਾਲ ਕੈਂਸਰ ਸੈੱਲ ਵੀ ਵਧਣਾ ਸ਼ੁਰੂ ਹੋ ਜਾਂਦੇ ਨੇ ਸੋ ਉਹਦਾ ਪਹਿਲੀ ਚੀਜ਼ ਸਭ ਤੋਂ ਜ਼ਰੂਰੀ ਹੈ ਹਵਾ ਪਾਣੀ ਤੋਂ ਵੀ ਜ਼ਰੂਰੀ ਔਰ ਪਾਣੀ ਤੋਂ ਔਰ ਫੂਡ ਤੋਂ ਭੋਜਨ ਤੋਂ ਵੀ ਜ਼ਰੂਰੀ ਪਾਣੀ ਤੇ ਪਾਣੀ ਤੋਂ ਵੀ ਜ਼ਰੂਰੀ ਹਵਾ ਗੈਟਿੰਗ ਤਾਂ ਹਵਾ ਤੇ ਪਾਣੀ ਦੋ ਇਸ ਤਰ੍ਹਾਂ ਦੇ ਬੇਸਿਕ ਜ਼ਰੂਰਤਾਂ ਨੇ ਸਾਡੇ ਸਰੀਰ ਦੀਆਂ ਜਿਹੜੀਆਂ ਇਹਨੂੰ ਸਮਝੇ ਬਿਨਾ ਤੁਸੀਂ ਆਪਣੀ ਅਗਲੀ ਪੀੜ੍ਹੀ ਨੂੰ ਨਹੀਂ ਵਿਦਾ ਸਕਦੇ ਭਾਵੇਂ ਸੁਣਨ ਵਾਲੇ ਇਸ ਟਾਈਮ ਤੁਸੀਂ ਪੀਐਸਡੀ ਹੋਲਡਰ ਹੋਵੋ ਚਾਹੇ ਆਪਣੇ ਏਰੀਆ ਦੇ ਆਪਣੇ ਦੇਸ਼ ਦੇ ਆਪਣੇ ਸਟੇਟ ਦੇ ਅਰਬਾਂ ਖਰਬਾਂਪਤੀ ਤੁਸੀਂ ਪਰਸਨੈਲਿਟੀ ਹੋਵੋ ਬਟ ਨੇਚਰਲ ਸਾਇੰਸ ਇੱਕ ਗਰੀਬ ਤੇ ਵੀ ਓਨਾ ਹੀ ਵਰਦਾਨਿਕ ਹੈ ਜਿੰਨਾ ਉਹ ਅਮੀਰ ਤੇ ਹੈ ਉਹ ਕਦੀ ਵਖਰੇਵਾ ਨਹੀਂ ਰੱਖਦੀ ਹੈਗੀ ਸੋ ਚਾਹੇ ਮੈਂ ਅੱਜ ਸੋਨੇ ਦੀ ਥਾਲੀ 'ਚ ਖਾਣਾ ਖਾਵਾਂ ਨਿਯਮ ਮੇਰੇ ਤੇ ਵੀ ਨੈਚੁਰ ਨੇ ਲਾਗੂ ਹੁੰਦੇ ਨੇ ਚਾਹੇ ਮੈਂ ਅੱਜ ਪੱਤਲ ਦੇ ਉੱਤੇ ਰੱਖ ਕੇ ਰੋਟੀ ਖਾਵਾਂ ਜਾਂ ਹੱਥ ਦੇ ਉੱਪਰ ਰੱਖ ਕੇ ਰੋਟੀ ਖਾਵਾਂ ਨਿਯਮ ਮੇਰੇ ਤੇ ਵੀ ਨੈਚੁਰਲ ਸਾਇੰਸ ਦੇ ਲਾਗੂ ਹੋਣਗੇ ਸੋ ਨੇਚਰ ਨੇ ਸਭ ਦੇ ਲਈ ਨਿਯਮ ਬੈਲੈਂਸ ਬਣਾ ਕੇ ਰੱਖੇ ਹੋਏ ਆ ਇਸ ਕਰਕੇ ਬੇਸ ਦੋਨੇ ਹੀ ਲੋਕਾਂ ਲਈ ਸਮਝਣਾ ਜ਼ਰੂਰੀ ਹੈ ਭਾਵੇਂ ਕੋਈ ਬਹੁਤ ਜ਼ਿਆਦਾ ਪੜਿਆ ਹੋਇਆ ਉਹਦੇ ਲਈ ਵੀ ਇਹੀ ਬੇਸ ਕੰਮ ਕਰਦਾ ਚਾਹੇ ਬਿਲਕੁਲ ਹੀ ਪੜਿਆ ਹੋਇਆ ਉਹਦੇ ਲਈ ਵੀ ਇਹੀ ਬੇਸ ਕੰਮ ਕਰਦਾ ਕਿਹੜਾ ਤੁਹਾਡਾ ਸਰੀਰ ਸੈਲਸ ਤੋਂ ਬਣਿਆ ਹੈ ਔਰ ਉਹਨਾਂ ਸੈਲਾਂ ਦਾ ਬੇਸ ਤੁਹਾਨੂੰ ਸਮਝਣਾ ਪਏਗਾ ਔਰ ਉਹਦੀ ਸਮਝ ਪੈਦਾ ਕੀਤੇ ਬਿਨਾ ਏਡੀ 21ਵੀਂ ਸਦੀ ਹੈ ਜਿਹਨੂੰ ਅਸੀਂ ਅਕਸਰ ਕਹਿੰਨੇ ਆ ਕਿ 21ਵੀਂ ਸਦੀ ਗਿਆਨ ਅਤੇ ਵਿਗਿਆਨ ਦਾ ਯੁੱਗ ਹੈ ਔਰ ਇਸ ਵਿਗਿਆਨਿਕ ਯੁੱਗ ਦੇ ਵਿੱਚ ਜੇ ਤੁਹਾਡੇ ਕੋਲ ਜਿੰਦਾ ਰਹਿਣ ਦਾ ਗਿਆਨ ਨਹੀਂ ਹੋਏਗਾ ਤਾਂ ਮਰਨਾ ਸੁਭਾਵਿਕ ਹੈ ਤੁਹਾਡੇ ਕੋਲ ਜਿੰਦਾ ਰਹਿਣ ਦੀ ਵੈਲਿਡਿਟੀ ਖਤਮ ਕਿਉਂਕਿ ਇਨਫਰਾਸਟ੍ਰਕਚਰ ਸਾਡੇ ਸਰੌਂਡਿੰਗ ਇਸ ਤਰ੍ਹਾਂ ਦਾ ਬਣ ਦਿੱਤਾ ਗਿਆ ਹੈਗਾ ਤਾਂ ਉਹ ਇਸ ਕਰਕੇ ਨੈਚੁਰਲ ਸਾਇੰਸ ਦੇ ਬੇਸ ਨੂੰ ਸਮਝਣਾ ਤੁਹਾਡਾ ਜੇ ਸ਼ੌਂਕ ਨਹੀਂ ਤਾਂ ਮਜਬੂਰੀ ਬਣਾ ਲਓ ਤਾਂ ਉਸ ਬੇਸ ਨੂੰ ਸਮਝਾਉਣ ਵਾਸਤੇ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਟਾਈਮ ਟੂ ਟਾਈਮ ਅਸਾਂ ਅਸੀਂ ਉਹ ਰੈਫਰੈਂਸ ਦਿੰਦੇ ਰਹੀਏ ਬਿਲਕੁਲ ਜੀ ਡਾਕਟਰ ਸਾਹਿਬ ਵੈਸੇ ਨਾ ਆਮ ਘਰਾਂ ਦੇ ਵਿੱਚ ਚਰਚਾ ਹੁੰਦੀ ਹੁੰਦੀ ਹੈ ਨਾ ਕਹਿੰਦੇ ਜੀ ਬੰਦੇ ਦੇ ਸੈੱਲ ਖਤਮ ਹੋ ਗਏ ਸੀਗੇ ਜੀ ਤਾਂ ਬੰਦੇ ਦੀ ਜਾਨ ਚਲੀ ਗਈ ਤੇ ਇੱਕ ਅਕਸਰ ਇਹ ਮੁਹਾਵਰਾ ਜਾਂ ਇਹਨੂੰ ਕਹਿ ਲਓ ਗੱਲ ਕਹਿ ਲਓ ਕਹਿੰਦਾ ਨਾ ਬੰਦੇ ਨੂੰ ਸਾਹ ਹੀ ਨਹੀਂ ਆਇਆ ਤਾਂ ਉਹੀ ਚੀਜ਼ ਹੈ ਕਿ ਸੈੱਲ ਤੇ ਸਾਹ ਸੈੱਲ ਤੇ ਹਵਾ ਤੇ ਡਾਕਟਰ ਸਾਹਿਬ ਇੱਕ ਸਾਡੇ ਸਰੀਰ ਦੇ ਵਿੱਚ ਮਿਨਰਲਸ ਦਾ ਬੜਾ ਵੱਡਾ ਯੋਗਦਾਨ ਹੈ ਜਦੀ ਅਹਿਮੀਅਤ ਨੂੰ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਉਹ ਮਿਨਰਲਸ ਕਿਸ ਤਰ੍ਹਾਂ ਦੇ ਨਾਲ ਸਾਡੀ ਬਾਡੀ ਅਬਜ਼ਰਵ ਕਰਦੀ ਹੈ ਜੇਕਰ ਆਪਾਂ ਨੈਚੁਰਲ ਸਾਇੰਸ ਦੇ ਪੱਖ ਤੋਂ ਉਹਨੂੰ ਹੋਰ ਮਾਰਨ ਦੀ ਕੋਸ਼ਿਸ਼ ਕਰੀਏ ਮੈਂ ਤੁਸੀਂ ਮਿਲਦਾ ਜੁਲਦਾ ਕਨਸੈਪਟ ਦਾ ਹੀ ਕੁਐਸਚਨ ਹੈ ਤੁਹਾਡਾ ਕਿਉਂਕਿ ਹਵਾ ਤੇ ਸੈੱਲ ਦੀ ਆਪਾਂ ਗੱਲ ਕੀਤੀ ਹੈ ਹਵਾ ਔਰ ਸੈੱਲ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੈ ਕਨੈਕਟਿਵਿਟੀ ਦਾ ਉਹ ਮਿਨਰਲ ਸੀ ਨਿਭਾਉਂਦੇ ਨੇ ਮਿਨਰਲਸ ਨੂੰ ਆਪਾਂ ਉਹ ਸੌਖਾ ਸ਼ਬਦ ਚੂਜ਼ ਕਰ ਲੈਂਦੇ ਆ ਖਣਿਜ ਤੱਤ ਆਪਾਂ ਨਾਰਮਲੀ ਭਾਸ਼ਾ 'ਚ ਆਪਾਂ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਯਰ ਤੇ ਤੱਤ ਇਹਦੇ ਅੰਦਰ ਤੱਤੀ ਖਤੋਂ ਹੈ ਪੈ ਠੀਕ ਹੈ ਤਾਂ ਉਹਦੇ ਤੱਤ ਦਾ ਭਾਵ ਹੈਗਾ ਮਿਨਰਲਸ ਖਣਿਜ ਤੱਤ ਪੂਰੇ 108 ਤੱਤਾਂ ਨਾਲ ਹਾਲੀ ਕੀ ਧਰਤੀ ਤੇ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ ਜੋ ਸਾਇੰਸ ਦੀ ਰਿਪੋਰਟ ਕਹਿੰਦੀ ਆ ਉਹ 108 ਤੱਤ ਨੇ ਧਰਤੀ ਦੇ ਉੱਤੇ ਬਾਡੀ ਨੂੰ ਜਿਹੜੀ ਜ਼ਰੂਰਤ ਆ ਜਿਹੜੇ ਤੱਤਾਂ ਦੀ ਮੇਜਰ ਉਹ ਕਰੀਬ 80 ਤੋਂ 84 ਖਣਿਜ ਤੱਤ ਰੋਜ਼ ਚਾਹੀਦੇ ਤਾਂ ਉਹਦੇ ਵਿੱਚ ਜਿਹੜਾ ਮੇਜਰ ਮਿਨਰਲਸ ਹੁੰਦਾ ਥੈਟ ਇਜ਼ ਦਾ ਮੈਗਨੀਸ਼ੀਅਮ ਮੈਗਨੀਸ਼ੀਅਮ ਸਾਡੇ ਸਰੀਰ ਦਾ ਮੇਜਰ ਖਣਿਜ ਤੱਤ ਹੈ ਠੀਕ ਹੈ ਇਹ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਖਾਣੇ ਦੇ ਵਿੱਚੋਂ ਮਿਲਦਾ ਹੈਗਾ ਇਹ ਸਾਨੂੰ ਡਰਾਈ ਫਰੂਟ ਦੇ ਵਿੱਚੋਂ ਵੀ ਮਿਲਦਾ ਹੈ ਇਹ ਸਾਨੂੰ ਸਾਨੂੰ ਡੇਰੀ ਪ੍ਰੋਡਕਟਸ ਦੇ ਵਿੱਚੋਂ ਵੀ ਮਿਲਦਾ ਹੈਗਾ ਅਗਰ ਉਹਦੀ ਫਾਰਮੂਲੇਸ਼ਨ ਅੱਛੀ ਹੈ ਤੇ ਸਹੀ ਤੁਸੀਂ ਜੀਵ ਤੋਂ ਲੈ ਰਹੇ ਹੋ ਠੀਕ ਹੈ ਇਹ ਸਾਨੂੰ ਸਾਡੇ ਸਬਜ਼ੀਆਂ ਚੋਂ ਵੀ ਮਿਲਦਾ ਹੈਗਾ ਇਹ ਇਹ ਸਾਨੂੰ ਸਾਡੇ ਫਲਾਂ ਚੋਂ ਵੀ ਮਿਲਦਾ ਹੈਗਾ ਠੀਕ ਹੈ ਲੇਕਿਨ ਇਨ ਜਿਹੜੇ ਖਣਿਜ ਤੱਤ ਹੁੰਦੇ ਨੇ ਇਹ ਉਹਨਾ ਟਾਈਮ ਤੁਹਾਡੇ ਬਾਡੀ ਦੇ ਕਿਸੇ ਕੰਮ ਨਹੀਂ ਆਉਂਦੇ ਜਿੰਨਾ ਟਾਈਮ ਸੈੱਲ ਤੱਕ ਰੀਚ ਨਹੀਂ ਕਰਦੇ ਭਾਵ ਇਹਨੂੰ ਮੈਂ ਹੋਰ ਸੌਖਾ ਕਰ ਦੇਣਾ ਹੈਗਾ ਦਰਸ਼ਕਾਂ ਨੂੰ ਸਮਝਣਾ ਤੁਸੀਂ ਦਿਨ ਇੱਕ ਇੱਕ ਟਾਈਮ ਤੇ ਖਾ ਰਹੇ ਹੋ ਚਾਰ ਰੋਟੀਆਂ ਚਾਰ ਰੋਟੀਆਂ ਖਾ ਰਹੇ ਹੋ ਉਸ ਵਿੱਚ ਚਾਰ ਰੋਟੀਆਂ ਅੰਦਰ ਗਈਆਂ ਅੰਦਰ ਬਲਣ ਪ੍ਰਕਿਰਿਆ ਹੋਈ ਬਲਣ ਪ੍ਰਕਿਰਿਆ ਤੋਂ ਬਾਅਦ ਉਹਨ बॉडी ਨੇ ਉਹਦੀ ਪੇਸਟ ਬਣਾਈ ਪੇਸਟ ਬਣਨ ਤੋਂ ਬਾਅਦ ਉਹਦਾ ਆਇਨਿਕ ਫਾਰਮ ਭਾਵ ਭਾਵ ਉਹ ਰਸ ਬਣਿਆ ਜਿਹੜਾ ਰਸ ਸੈੱਲਾਂ ਤੱਕ ਜਾਣਾ ਸੀ ਉਹਨੂੰ ਆਇਨਿਕ ਫਾਰਮ ਕਹਿੰਦੇ ਆ ਤਾਂ ਉਹ ਜਿਹੜਾ ਰਸ ਸੈੱਲਾਂ ਤੱਕ ਜਾਣਾ ਸੀ ਉਦੇ ਅੰਦਰ ਜਿੰਨੇ ਵੀ ਖਰੇਜ ਤੱਤ ਮੌਜੂਦ ਹੋਣਗੇ ਉਹੋ ਹੀ ਸੈੱਲ ਦੀ ਖੁਰਾਕ ਚ ਕਨਵਰਟ ਹੁੰਦੇ ਆ ਰੋਟੀਆਂ ਤੁਸੀਂ 4 ਖਾਦੀਆਂ ਅਗਰ ਤੁਹਾਡਾ ਮੈਟਾਬੋਲਿਕ ਫੇਲਿਅਰ ਹੈ ਜਾਂ ਮੈਟਾਬੋਲਿਕ ਕਮਜ਼ੋਰੀ ਹੈ ਤੁਹਾਡੇ ਸਰੀਰ ਦੀ ਤਾਂ ਹੋ ਸਕਦਾ ਬਾਡੀ ਤੁਹਾਡੀਆਂ 4 ਰੋਟੀਆਂ ਚੋਂ 2 ਨੂੰ ਫੈਟ ਚ ਕਨਵਰਟ ਕਰ ਦੇਵੇ 2 ਦਾ ਯੂਜ਼ ਹੋਵੇ ਔਰ 2 ਦਾ ਯੂਜ਼ ਹੋਵੇ ਉਹਨੂੰ ਆਇਨਿਕ ਫਾਰਮ ਚ ਕਨਵਰਟ ਕਰਕੇ ਸੈੱਲ ਤੱਕ ਦੇਵੇ ਤਾਂ ਤੁਹਾਡੇ ਬਾਡੀ ਨੂੰ ਜਿਹੜੀ ਖੁਰਾਕ ਆ ਉਹ ਦੋ ਰੋਟੀਆਂ ਦੀ ਲੱਗੀ ਠੀਕ ਹੈ ਤਾਂ ਉਹ ਜਿਹੜਾ ਐਂਡ ਜਿਹੜਾ ਪ੍ਰੋਡਕਟ ਹੈ ਐਂਡ ਜਿਹੜਾ ਪ੍ਰੋਡਕਟ ਹੈ ਜਿਹੜਾ ਸੈੱਲ ਤੱਕ ਪਹੁੰਚਣਾ ਉਹਨੂੰ ਆਇਨਿਕ ਤਾਂ ਆਇਨਿਕ ਫਾਰਮ ਹੋਰ ਸੌਖਾ ਕਰ ਦਿੰਦੇ ਆਂ ਸ਼ਾਇਦ ਆਇਨਿਕ ਫਾਰਮ ਚ ਪਹਿਲਾਂ ਹੀ ਹੁੰਦਾ ਹੈ ਭਾਬ ਜਿਵੇਂ ਮੈਂ ਤੁਹਾਨੂੰ ਦੱਸਿਆ ਚਾਰ ਰੋਟੀਆਂ ਅੰਦਰ ਜਾਣੀਆਂ ਉਸ ਤੋਂ ਬਾਅਦ ਬਲਣ ਕਿਰਿਆ ਦਾ ਪ੍ਰੋਸੈਸ ਹੋਏਗਾ ਫਿਰ ਜਾ ਕੇ ਆਇਨਿਕ ਫਾਰਮ ਚ ਕਨਵਰਟ ਹੋਣੀ ਹੈ ਭਾਬ ਚਾਰਾਂ ਚ ਹੋ ਸਕਦਾ ਦੋ ਦੀ ਆਇਨਿਕ ਫਾਰਮ ਚ ਕਨਵਰਟ ਹੋਈਆਂ ਲੇਕਿਨ ਸ਼ਾਇਦ ਕੁਦਰਤ ਨੇ ਕਿਸ ਤਰ੍ਹਾਂ ਦੀ ਚੀਜ਼ ਦਿੱਤੀ ਜਿਹੜੀ ਪਹਿਲੇ ਆਇਨਿਕ ਚ ਬੋਡੀ ਦਾ ਵੇਸਟੇਜ ਬਣਾਉਂਦੀ ਨਹੀਂ ਕਿਉਂਕਿ ਉਸ ਚ ਮਿਨਰਲ ਸੀ ਉਸ ਲੈਵਲ ਦੇ ਨੇ ਮਾਂ ਦਾ ਦੁੱਧ ਉਹ ਪਹਿਲੇ ਆਇਨਿਕ ਹੁੰਦਾ ਉਹ ਚ ਬੋਡੀ ਕੁਝ ਵੇਸਟੇਜ ਨਹੀਂ ਕਰਦੀਗੀ ਮਾਂ ਦੇ ਦੁੱਧ ਦੀ ਇੱਕ ਇੱਕ ਬੂੰਦ ਇੱਕ ਇੱਕ ਕਤਰਾ ਸਾਡੇ ਸਰੀਰ ਦੀ ਸੈੱਲ ਦੀ ਮੈਂਬਰਨ ਨੂੰ ਸ਼ਾਂਤ ਕਰਦਾ ਹੈ ਸ਼ਹਿਦ ਦੀ ਇੱਕ ਇੱਕ ਬੂੰਦ ਸਾਡੇ ਸਰੀਰ ਦੀ ਸੈੱਲ ਦੀ ਮੈਂਬਰਨ ਨੂੰ ਸ਼ਾਂਤ ਕਰਦੀ ਹੈ ਉਹਦੀ ਆਇਨਿਕ ਫਾਰਮ ਠੀਕ ਹੈ ਤਾਂ ਅਜੋ ਵੀ ਅਸੀਂ ਚੀਜ਼ ਖਾਂਦੇ ਹਾਂ ਉਹ ਸੈੱਲ ਤੱਕ ਕਿੰਨੀ ਮਾਤਰਾ ਚ ਪਹੁੰਚ ਰਹੀ ਹੈ ਉਹੋ ਹੀ ਸਾਡੇ ਸਰੀਰ ਦਾ ਦੀ ਅਸਲੀ ਖੁਰਾਕ ਹੁੰਦੀ ਹੈ ਕਿਉਂਕਿ ਉਹਨੇ ਸੈੱਲ ਨੂੰ ਜੀਵਤ ਸਾਨੂੰ ਜ਼ਿੰਦਗੀ ਦੇਣ ਵਾਲੇ ਜਿਹੜੇ ਸੈੱਲ ਹੈ ਉਹਨਾਂ ਨੂੰ ਮਜ਼ਬੂਤੀ ਸੈੱਲ ਦੀ ਸ਼ੀਲਡ ਨੂੰ ਮਜ਼ਬੂਤ ਕਰਨਾ ਹੈ ਉਹਨਾਂ ਦੇ ਅੰਦਰ ਰੋਗਨ ਲੜਨ ਦੀ ਤਾਕਤ ਜਿਹਨੂੰ ਆਪਾਂ ਇਮਿਊਨਿਟੀ ਕਹਿੰਦੇ ਆ ਉਹਨੂੰ ਵਧਾਉਣ ਦਾ ਕੰਮ ਉਹ ਫੇਰ ਹੀ ਹੁੰਦਾ ਹੈ ਅਗਰ ਸੈੱਲ ਦੇ ਵਿੱਚ ਕਾਰਬਨ ਹੀ ਜ਼ਿਆਦਾ ਹੈ ਠੀਕ ਹੈ ਹੁਣ ਕਾਰਬਨ ਨੂੰ ਮੈਂ ਹੋਰ ਹੋਰ ਸੌਖੇ ਤਰੀਕੇ ਨਾਲ ਦੱਸਣਾ ਚਾਹਾਂ ਤਾਂ ਭਾਵ ਜਿਨ੍ਹਾਂ ਦੇ ਅੰਦਰ ਜਿਹੜੇ ਸਿਰਫ ਫੂਡ ਦਾ ਇਨਟੇਕ ਕਰ ਰਹੇ ਨੇ ਠੀਕ ਹੈ ਕਾਰਬਨ ਵੱਧ ਰਿਹਾ ਹੈ ਲੇਕਿਨ ਉਸ ਤੋਂ ਵੱਧ ਡੀਟੌਕਸੀਫਾਈ ਕੁਛ ਨਹੀਂ ਕਰ ਰਹੇ ਭਾਵ ਕੀ ਹੈਗਾ ਕਿ ਅਗਰ ਮੈਂ ਤਿੰਨੋਂ ਟਾਈਮ ਕਣਕ ਖਾ ਰਿਹਾ ਜਾਂ ਤਿੰਨੋਂ ਟਾਈਮ ਭੋਜਨ ਖਾ ਰਿਹਾ ਚਾਵਲ ਖਾ ਰਿਹਾ ਦੁੱਧ ਪੀ ਰਿਹਾ ਫਾਸਟ ਫੂਡ ਵੀ ਲੈ ਰਿਹਾ ਹੈਗਾ ਅਲਕੋਹਲ ਵੀ ਲੈ ਰਿਹਾ ਹੈਗਾ ਤਾਂ ਤਿੰਨੋ ਟਾਈਮ ਦੇ ਖਾਣੇ ਦਾ ਮੇਰੇ ਲਾਈਫ ਸਟਾਈਲ ਆ ਜਾਂ ਮੈਂ ਸੌਫਟ ਡਰਿੰਕ ਲੈ ਰਿਆ ਹੈਗਾ ਮੇਰਾ ਹੀ ਲਾਈਫ ਸਟਾਈਲ ਆ ਤਾਂ ਬੋਡੀ ਦੇ ਵਿੱਚ ਕਾਰਬਨ ਦੀ ਮਾਤਰਾ ਵੱਧ ਜੇਗੀ ਤਾਂ ਜੇ ਕਾਰਬਨ ਦੀ ਵਧੀ ਤੇ ਕਿਹੜੀ ਮਾਤਰਾ ਘਟੀ ਆਕਸੀਜਨ ਦੀ ਠੀਕ ਹੈ ਜਦੋਂ ਆਕਸੀਜਨ ਦੀ ਮਾਤਰਾ ਘਟੀ ਤੇ ਸੈੱਲ ਜਿਹੜੀ ਆਪਾਂ ਬੇਸ ਦੀ ਗੱਲ ਕੀਤੀ ਆ ਸੈੱਲ ਦਾ ਤੇ ਹਵਾ ਦਾ ਆਪਸੀ ਜਿਹੜਾ ਕਨੈਕਸ਼ਨ ਘਟ ਜੇਗਾ ਤਾਰ ਮਿਲਦੀ ਕਮੀ ਹੋਗੀ ਜਦੋਂ ਸੈੱਲ ਤੇ ਹਵਾ ਦੇ ਤਾਰ ਮਿਲਦੀ ਕਮੀ ਹੋਗੀ ਤੇ ਸੈੱਲ ਦੇ ਅੰਦਰ ਵੀ ਹਵਾ ਦੀ ਕਮੀ ਹੋਗੀ ਤਾਂ ਉਹੀ ਜਿਹੜੇ ਜਿੰਦਾ ਰੱਖਣ ਵਾਲੇ ਸੈੱਲ ਦੇ ਨਾਲ ਨਾਲ ਫਿਰ ਕੈਂਸਰ ਸੈੱਲ ਵੀ ਵਧਣੇ ਸ਼ੁਰੂ ਹੋ ਜਾਣਗੇ ਤਾਂ ਉਹੀ ਜਿਹੜੀ ਖੁਰਾਕ ਉਹੀ ਜਿਹੜਾ ਹੁਣ ਦੇਖੋ ਕੈਂਸਰ ਸੈੱਲ ਦੀ ਸ਼ੀਲਡ ਵੀ ਪ੍ਰੋਟੀਨ ਤੋਂ ਹੀ ਬਣਦੀ ਹੈ ਗੈਟਿੰਗ ਤਾਂ ਉਹੀ ਜਿਹੜੀ ਖੁਰਾਕ ਤੁਹਾਡੇ ਜੀਵਨ ਸੈੱਲਾਂ ਨੂੰ ਚਾਹੀਦੀ ਸੀ ਉਹ ਕੈਂਸਰ ਸੈੱਲਾਂ ਨੂੰ ਜਾਣ ਲੱਗ ਪੈਂਦੀ ਹੈ ਤਾਂ ਉਹ ਔਰ ਜੈਸ ਬਾਡੀ ਦੇ ਜਿਹੜੇ ਹਿੱਸੇ 'ਚ 10000 ਸੈੱਲਾਂ ਦਾ ਗੁੱਛਾ ਜਾਂ 10000 ਕੈਂਸਰ ਸੈੱਲ ਦਾ ਇੱਕ ਝੁੰਡ ਬਣ ਜਾਂਦਾ ਉਸ ਹਿੱਸੇ ਨੂੰ ਬਾਡੀ ਦੇ ਨੂੰ ਕੈਂਸਰ ਏਰੀਆ ਕੋਸ਼ਿਸ਼ ਕਰ ਦਿੱਤਾ ਜਾਂਦਾ ਥੈਨ ਫਿਰ ਬੰਦਾ ਉਹਦੀ ਛੁਟਕਾਰਾ ਪਾਉਣ ਲਈ ਕੋਸ਼ਿਸ਼ ਕਰਦਾ ਸੋ ਹਰ ਚੀਜ਼ ਜਿਹੜੀ ਜਿਹਦਾ ਅਸੀਂ ਇਨਟੇਕ ਕਰ ਰਹੇ ਹਾਂ ਉਹਨੇ ਬਾਹਰ ਆਉਣਾ ਠੀਕ ਹੈ ਔਰ ਜਦੋਂ ਬਾਹਰ ਆਉਣਾ ਹੈਗਾ ਅੰਦਰੋਂ ਨੇ ਕਾਰਬਨ ਛੱਡ ਕੇ ਆਉਣਾ ਤੇ ਕਾਰਬਨ ਨੂੰ ਬਾਹਰ ਵਾਪਸ ਕਿਹਨੇ ਲੈ ਕੇ ਆਉਣਾ ਹਵਾ ਨੇ ਠੀਕ ਹੈ ਔਰ ਉਹਦੇ ਔਰ ਹਵਾ ਦਾ ਜਿਹੜਾ ਸੰਚਾਰ ਹੈ ਉਹ ਸੈੱਲ ਤੱਕ ਕੌਣ ਲੈ ਕੇ ਜਾਣਗੇ ਮਿਨਰਲਸ ਦੀ ਸਪੋਰਟ ਦੇ ਨਾਲ ਕਿਉਂਕਿ ਹਵਾ ਹੀ ਮਿਨਰਲਸ ਨੂੰ ਸੈੱਲ ਤੱਕ ਲੈ ਕੇ ਜਾਂਦੀ ਹੈ ਹਵਾ ਨੇ ਖਾਲੀ ਨਹੀਂ ਜਾਣਾ ਹੈਗਾ ਖਾਲੀ ਹਾਈਡਰੋਜਨ ਆਕਸੀਜਨ ਹੀ ਚਾਹੀਦੀ ਹੁੰਦੀ ਅੰਦਰ ম্যাগਨੀਸ਼ੀਅਮ ਵੀ ਚਾਹੀਦਾ ਸੋਡੀਅਮ ਵੀ ਚਾਹੀਦਾ ਪੋਟਾਸ਼ੀਅਮ ਵੀ ਚਾਹੀਦਾ ਆਇਰਨ ਵੀ ਚਾਹੀਦਾ ਬੋਰਨ ਵੀ ਚਾਹੀਦਾ ਸਲੇਨੀਅਮ ਵੀ ਚਾਹੀਦਾ ਮੈਗਨੀਸ਼ੀਅਮ ਵੀ ਚਾਹੀਦਾ ਸਾਰੇ ਸਾਰੇ ਜਿਹੜੇ ਮਿਨਰਲਸ ਨੇ ਉਹ ਅੰਦਰ ਤੱਕ ਰੀਚ ਕਰਨਗੇ ਗੈਟਿੰਗ ਤਾਂ ਹੁਣ ਬਿਨਾ ਮਿਨਰਲਸ ਤੋਂ ਬਿਨਾ ਖਣਜ ਤੱਤ ਤੋਂ ਜਿਹੜੀ ਦੂਸਰੀ ਥਿਉਰੀ ਆ ਉਹ ਜਿਹੜੀ ਮੈਂ ਥਿਉਰੀ ਦੀ ਗੱਲ ਕਰ ਰਿਹਾ ਹੈਗਾ ਇਹ ਨੋਬਲ ਥਿਉਰੀ ਆ ਡਾਕਟਰ ਲਾਈਨਸ ਪੌਲਿੰਗ ਦੀ ਨਾ ਔਰ ਇਹਨੂੰ ਦੋ ਵਾਰੀ ਨੋਬਲ ਪ੍ਰਾਈਜ਼ ਮਿਲਿਆ ਇਸ ਇਨਸਾਨ ਨੂੰ ਉਹਨੇ 3500 ਪੇਜਾਂ ਦੀ ਇਹ ਜਿਹੜੀ ਅੱਜ ਵੀ ਯੂਸੀਐਨ ਨੇ ਸੰਭਾਲ ਕੇ ਰੱਖੀ ਹੋਈ ਹੈ ਤਾਂ ਉਸ ਸਟੇਟਮੈਂਟ ਚ ਉਹਨੇ ਸਾਰੀ ਚੀਜ਼ਾਂ ਮੈਂਸ਼ਨ ਕੀਤਾ ਹੋਇਆ ਹੈ ਬੜੇ ਚਿਤਰੀਆਂ ਲੈਬੋਰੇਟ ਕੀਤਾ ਦੁਨੀਆ ਦੇ ਅੱਗੇ ਇਸ ਚੀਜ਼ ਨੂੰ ਪੱਖ ਨੂੰ ਪੇਸ਼ ਕੀਤਾ ਵੀ ਆ ਨੈਚੁਰਲ ਸਾਇੰਸ ਆ ਵਾ ਔਰ ਬੋਡੀ ਇਸ ਤਰ੍ਹਾਂ ਕੰਮ ਕਰਦੀਏਗੀ ਤਾਂ ਚੀਜ਼ਾਂ ਸੈੱਲ ਔਰ ਇਜ਼ दैट ਆ ਬੇਸ ਹੈ ਇਹਨੂੰ ਸਿੰਪਲ ਭਾਸ਼ਾ ਸਾਡੀ ਕੋਸ਼ਿਸ਼ ਹੁੰਦੀ ਕਿ ਸਿੰਪਲ ਸੋਪਰ ਭਾਸ਼ਾ ਵਰਤੀਏ ਟਰਮੋਲੋਜੀ ਚ ਨਾਲ ਜਾਈਏ ਤਾਂ ਸੁਣਨ ਵਾਲੇ ਨੂੰ ਗੱਲ ਦੀ ਸਮਝ ਆਵੇ ਸੈੱਲ ਤੇ ਹਵਾ ਤਾਪਸੀ ਕਨੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਉਹ ਤਾਂ ਹੋਏਗਾ ਜੇ ਤੁਹਾਡੇ ਖਾਣੇ ਦੇ ਵਿੱਚ ਖਣਿਜ ਤੱਤਾਂ ਦੀ ਭਰਪੂਰ ਮਾਤਰਾ ਮੌਜੂਦ ਹੋਏਗੀ ਔਰ ਇਹਦੇ ਚਾਰੀ ਸੋਰਸ ਨੇ ਜਿਨ੍ਹਾਂ ਸਾਨੂੰ ਖਣਿਜ ਤੱਤਾਂ ਦਿੰਦੇ ਨੇ ਸਭ ਤੋਂ ਪਹਿਲੀ ਇਹ ਹੈ ਕਿ ਹਵਾ ਦੂਸਰਾ ਹੈਗਾ ਪਾਣੀ ਤੀਸਰਾ ਹੈਗਾ ਪੋਜਨ ਚੌਥਾ ਹੈਗਾ ਮਿੱਟੀ ਠੀਕ ਇਹ ਚਾਰੇ ਚੀਜ਼ਾਂ ਨੇ ਸਾਡੇ ਕੋਲ ਜਿੱਥੋਂ ਸਾਨੂੰ ਇਹ ਪ੍ਰੋਵਾਈਡ ਹੋਣੇ ਔਰ ਇਹ ਚਾਰੇ ਚੀਜ਼ਾਂ ਨੇ ਜਿੰਨਾ ਤੋਂ ਅਸੀਂ ਦਰਵਾਜ਼ੇ ਬੰਦ ਕਰ ਚੁੱਕੇ ਹੈਗੇ ਜੀ ਗੈਟਿੰਗ ਤਾਂ ਉਹਦੇ ਨਾਲ ਇਹ ਹੀ ਕਾਰਨ ਹੈ ਕਿ ਸਾਡੇ ਜੀਵਤ ਸਾਨੂੰ ਜਿੰਦਾ ਰੱਖਣ ਵਾਲੇ ਸੈੱਲਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਤੇ ਸਾਡੇ ਸਰੀਰ ਦੇ ਵਿੱਚ ਕੈਂਸਰ ਵਾਲੇ ਸੈੱਲਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅੱਛਾ ਡਾਟਰ ਸਾਹਿਬ ਇੱਕ ਐਕਸਪੈਰੀਮੈਂਟ ਦੇ ਨਾਲ ਇਸ ਪੂਰੇ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਤੁਹਾਡਾ ਸਬੰਧ ਦੇਖ ਚੁੱਕਿਆ ਹਾਂ ਤਾਂ ਉਹਦੇ ਮੁਤਾਬਕ ਕੀ ਗੱਲ ਕੀਤੀ ਹੈ ਕਿ ਤੁਸੀਂ ਕੋਈ ਐਕਸਪੈਰੀਮੈਂਟ ਵੀ ਕਰੋਗੇ ਕਿ ਮਿਨਰਲਸ ਦੀ ਕਮੀ ਸਾਡੇ ਸਰੀਰ ਦੇ ਵਿੱਚ ਕਿਸ ਤਰ੍ਹਾਂ ਹੁੰਦੀ ਹੈ ਤੇ ਉਹਨੂੰ ਜੇ ਪੂਰਾ ਕਰਨਾ ਹੈ ਤਾਂ ਕਿਵੇਂ ਫਿਰ ਇੱਕ ਤਰੀਕੇ ਨਾਲ ਕਹਿੰਦਾ ਨਾ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਬੰਦੇ ਦੇ ਵਿੱਚ ਤਤ ਨਹੀਂ ਰਹੇ ਉਹ ਤਤ ਨਹੀਂ ਰਹਿੰਦੇ ਤਾਂ ਉਹਦਾ ਕੀ ਅਸਰ ਹੈ ਤੇ ਤਤ ਆਉਂਦੇ ਆ ਤਾਂ ਉਹਦਾ ਕੀ ਅਸਰ ਹੈ ਉਹ ਇੱਕ ਤਜਰਬੇ ਰਾਹੀਂ ਤੁਹਾਡਾ ਐਕਸਪੈਰੀਮੈਂਟ ਰਾਹੀਂ ਸਮਝਾ ਜੀ ਤਰਵਿੰਦਰ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਦੇਖੋ ਹੁਣ ਦਾ ਜਿਹੜਾ ਯੁੱਗ ਹੈ ਨਾ ਇਹ ਹੈਗਾ ਅ ਅੱਖਾਂ ਦਾ ਯੁੱਗ ਠੀਕ ਹੈ ਅੱਖਾਂ ਦਾ ਯੁੱਗ ਭਾਵ ਕਿ ਅਸੀਂ ਜਿਹੜੀ ਚੀਜ਼ ਦੇਖਦੇ ਆ ਉਹ ਜਲਦੀ ਸਮਝ ਆਉਂਦੀ ਹੈ ਜਿਹੜੀ ਚੀਜ਼ ਸੁਣਦੇ ਆ ਜਦ ਪੜਦੇ ਆ ਉਹ ਥੋੜਾ ਸਮਾਂ ਲੈਂਦੀ ਹੈ ਪਰ ਸੁਣਨ ਨਾਲ ਪੜਨ ਨੂੰ ਲੈ ਕੇ ਅਸੀਂ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਆ ਜਿਹੜੇ ਪਰਿਵਾਰ ਦੇ ਵਿੱਚ ਕਿਤਾਬ ਨੂੰ ਪੜਨ ਵਾਲੇ ਬੱਚੇ ਜਾਂ ਫੈਮਿਲੀ ਮੈਂਬਰ ਹੋਣਗੇ ਉਹ ਪਰਿਵਾਰ ਅੱਜ ਦੀ ਸਦੀ ਦਾ ਸਭ ਤੋਂ ਮਜ਼ਬੂਤ ਮਾਨਸਿਕਤਾ ਵਾਲਾ ਪਰਿਵਾਰ ਹੋਏਗਾ ਕਿਉਂਕਿ ਦੇਖਣ ਤੇ ਸੁਣਨ ਵਾਲੇ ਨੂੰ ਤੁਸੀਂ ਮੂਰਖ ਬਣਾ ਸਕਦੇ ਹੋ ਪਰ ਪੜਨ ਵਾਲੇ ਨੂੰ ਤੁਸੀਂ ਮੂਰਖ ਨਹੀਂ ਬਣਾ ਸਕਦੇ ਦੇਖਣ ਤੇ ਸੁਣਨ ਵਾਲਾ ਕਨਫਿਊਜ਼ ਹੋ ਸਕਦਾ ਹੈ ਲੇਕਿਨ ਪੜਨ ਵਾਲਾ ਕਦੀ ਕਨਫਿਊਜ਼ ਨਹੀਂ ਹੋ ਸਕਦਾ ਔਰ ਦੇਖਣ ਤੇ ਸੁਣਨ ਵਾਲਾ ਮੂਰਖ ਹੋ ਸਕਦਾ ਹੈ ਲੇਕਿਨ ਪੜਨ ਵਾਲਾ ਕਦੀ ਮੂਰਖ ਨਹੀਂ ਹੋ ਸਕਦਾ ਇਸ ਕਰਕੇ ਜਿਹੜੇ ਪਰਿਵਾਰਾਂ ਦੇ ਵਿੱਚ ਕਿਤਾਬਾਂ ਨੂੰ ਪੜਨ ਦੀ ਆਦਤ ਪਾ ਦਿੱਤੀ ਜਾਂਦੀ ਹੈ ਕਿਤਾਬਾਂ ਨੂੰ ਪੜਨ ਦਾ ਮਤਲਬ ਇਹ ਨਹੀਂ ਕਿ ਆਪਾਂ 100-100 ਪੇਜ ਹੀ ਰੋਜ਼ ਪੜਨਾ ਹੈਗਾ ਮਾਤਰ ਇੱਕ ਪੇਜ ਇੱਕ ਪੇਜ ਵੀ ਪੜਨ ਦੀ ਆਦਤ ਅਗਰ ਤੁਹਾਡੇ ਅੰਦਰ ਰੋਜ਼ ਦੀ ਹੈ ਚਾਹੇ ਖਾਲੀ ਪੇਟ ਪੜੋ ਹੈਲਥੀ ਟਾਈਮ ਖਾਲੀ ਖਾਲੀ ਪੇਟ ਪੜੋ ਇੱਕ ਪੇਜ ਨੂੰ ਵੀ ਪੜਨ ਦੀ ਅਗਰ ਆਦਤ ਤੁਹਾਡੇ ਅੰਦਰ ਹੈ ਤਾਂ ਅਗਲੇ 3 ਸਾਲ ਅਗਰ ਜੇ ਤੁਸੀਂ ਰੈਗੂਲਰ ਇਸ ਹੈਬਿਟ ਨੂੰ ਕਰਗੇ ਤਾਂ ਤੁਸੀਂ ਆਪਣੇ ਨਗਰ ਆਪਣੀ ਸੁਸਾਇਟੀ ਆਪਣੇ ਪਰਿਵਾਰ ਔਰ ਆਪਣੇ ਏਰੀਆ ਦੇ ਲੋਕਾਂ ਦੇ ਟੌਪ ਦੇ 5% ਲੋਕਾਂ ਚ ਖੜੇ ਹੋਵੋਗੇ ਥਿਸ ਇਜ਼ ਇਹ ਸਾਇੰਟੀਫਿਕਲੀ ਅਪਰੂਵ ਹੋ ਚੁੱਕੀ ਹੈ ਚੀਜ਼ ਕਿਉਂਕਿ ਉਹਦੇ ਚ ਤੁਹਾਡੇ ਬ੍ਰੇਨ ਦਾ ਵਿਕਾਸ ਦੀ ਪਰਸੈਂਟੇਜ ਵੱਧ ਜਾਂਦੀ ਹੈ ਦੇਖਣ ਤੇ ਸੁਣਨ ਵਾਲੇ ਦੇ ਬ੍ਰੇਨ ਤੇ ਪ੍ਰੈਸ਼ਰ ਵੱਧਦਾ ਹੈ ਪੜਨ ਵਾਲੇ ਦੇ ਬ੍ਰੇਨ ਤੋਂ ਪ੍ਰੈਸ਼ਰ ਘਟਦਾ ਹੈ ਤਾਂ ਸਭ ਤੋਂ ਸਟਰੋਂਗ ਸਾਇੰਸ ਹੁੰਦੀ ਹੈ ਪੜਨ ਵਾਲੀ ਇਸੇ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਅਸੀਂ ਪੜ ਰਹੇ ਹਾਂ ਜੋ ਅਸੀਂ ਆਰ ਐਨ ਡੀ ਚੋ ਲੈ ਰਹੇ ਹਾਂ ਉਹ ਅਸੀਂ ਡਿਲੀਵਰ ਕਰੀਏ ਨੋ ਡਾਟ ਤੁਸੀਂ ਵੀ ਸਾਨੂੰ ਵੀ ਵੇਖ ਹੀ ਰਹੇ ਹੋ ਬਟ ਇਹ ਰੈਫਰੈਂਸ ਦਿੱਤੇ ਰੈਫਰੈਂਸ ਤੁਹਾਨੂੰ ਦਿੱਤੇ ਜਾ ਰਹੇ ਨੇ ਇੱਕ ਲਿੰਕ ਦਿੱਤਾ ਜਾ ਰਿਹਾ ਸੁਣਾ ਕੇ ਕਿ ਤੁਸੀਂ ਵਾਪਸ ਆਪਣੇ ਘਰਾਂ ਦੇ ਵਿੱਚ ਚੰਗੀਆਂ ਕਿਤਾਬਾਂ ਨੂੰ ਪੜਨ ਦੀ ਆਦਤ ਵੀ ਪਾਓ ਤਾਂ ਜਿਹੜੇ ਅਸੀਂ ਅਗਲੇ ਪ੍ਰੈਕਟੀਕਲ ਦੀ ਗੱਲ ਕਰਨ ਜਾ ਰਹੇ ਹੈਗੇ ਆ ਜਿਹੜੇ ਹਵਾ ਤੇ ਸੈੱਲ ਦੇ ਕਨੈਕਸ਼ਨ ਦੀ ਗੱਲ ਕਰ ਰਹੇ ਹੈਗੇ ਆ ਉਹਨੂੰ ਅੱਗੇ ਆਪਾਂ ਇੱਕ ਛੋਟੇ ਜਿਹੇ ਪ੍ਰੈਕਟੀਕਲ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਇਹਨੂੰ ਹੋਰ ਸੌਖੇ ਤਰੀਕੇ ਨਾਲ ਤੁਹਾਡਾ ਬ੍ਰੇਨ ਸਮਝ ਸਕੇ ਤੇ ਤੁਹਾਨੂੰ ਹਵਾ ਤੇ ਸੈੱਲ ਦੇ ਕਨੈਕਸ਼ਨ ਦੀ ਸਮਝ ਆ ਜਾ ਸਕੇ ਔਰ ਤਾਂ ਜੋ ਅਸੀਂ ਆਪਣੇ ਸੈੱਲਾਂ ਨੂੰ ਕੈਂਸਰ ਦੇ ਮਾਹੌਲ ਤੋਂ ਬਚਾ ਸਕੀਏ ਜੀ ਜੀ ਆਪਾਂ ਮੂਵ ਕਰਦੇ ਆ ਅ ਦੇਖੋ ਤਰਵਿੰਦਰ ਜੀ ਜਿਹੜੇ ਖਣਿਜ ਨੇ ਉਹਨਾਂ ਦੀ ਆਪਾਂ ਚਾਰ ਸੋਰਸ ਦੱਸੇ ਨੇ ਜੋ ਮੌਜੂਦ ਹੈ ਨੇਚਰ ਦੇ ਵੱਲੋਂ ਹਵਾ ਪਾਣੀ ਜ਼ਮੀਨ ਔਰ ਖਾਣਾ ਇਹ ਚਾਰਾਂ ਦੇ ਵਿੱਚੋਂ ਫਿਲਹਾਲ ਆਪਾਂ ਪਾਣੀ ਨੂੰ ਲੈ ਲਿਆ ਕਿਉਂਕਿ ਹਵਾ ਨੂੰ ਆਪਾਂ ਕੈਦ ਕਰਕੇ ਪੇਸ਼ ਨਹੀਂ ਕਰ ਸਕਦੇ ਤੇ ਹਵਾ ਤੋਂ ਵੀ ਜਿਹੜਾ ਥੋੜਾ ਵੈਲਿਊ ਲੈਸ ਚੀਜ਼ ਹੈਗੀ ਆਪਾਂ ਇਹਨੂੰ ਹੋਰ ਸੌਖਾ ਕਰ ਦੇਣਾ ਖਾਣਾ ਖਾਦੇ ਬਿਨਾ ਆਪਾਂ ਰਹਿ ਸਕਦੀਆਂ 20 ਦਿਨ ਪਾਣੀ ਪੀਤੇ ਬਿਨਾ ਪਰ ਰਹਿ ਸਕਦੀਆਂ 5 ਦਿਨ ਤੇ ਹਵਾ ਤੋਂ ਬਿਨਾ ਆਪਾਂ ਕੁਝ ਚੰਦ ਸੈਕਿੰਡ ਵੀ ਮੁਸ਼ਕਲ ਹੋ ਜਾਣਗੇ ਜਲਦੀ ਡੈਥ ਹੋ ਜਾਏਗੀ ਲੇਕਿਨ ਹਵਾ ਮੈਂ ਆਪਾਂ ਕੈਦ ਕਰਕੇ ਨਹੀਂ ਦਿਖਾ ਸਕਦੇ ਲੇਕਿਨ ਪਾਣੀ ਹਵਾ ਤੋਂ ਬਾਅਦ ਦੂਸਰਾ ਨੰਬਰ ਵੈਲਿਊਏਬਲ ਦੇ ਵਿੱਚ ਵੈਲਿਊ ਚ ਆਉਂਦਾ ਪਾਣੀ ਦਾ ਤਾਂ ਪਾਣੀ ਦੇ ਰਹੀ ਆਪਾਂ ਅੱਜ ਸਾਰੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਾਣੀ ਕਿਉਂਕਿ ਹਵਾ ਦੀ ਜਿੰਨੀ ਸਪੀਡ ਹੁੰਦੀ ਹੈ ਸੈਲ ਤੱਕ ਜਾਣ ਦੀ ਪਾਣੀ ਦੀ ਵੀ ਸਿਮਿਲਰ ਸਪੀਡ ਦੇ ਉੱਤੇ ਪਾਣੀ ਕਿਥੇ ਰੀਚ ਕਰਦਾ ਕਿਉਂਕਿ ਇਹਨੂੰ ਵੀ ਡਾਈਜੈਸਟਿਵ ਇਹ ਵੀ ਆਣੀ ਕੀ ਹੁੰਦਾ ਇੱਕ ਤਰ੍ਹਾਂ ਦਾ डाइजेस्टिव सिस्टम राही रीच नहीं करना पंदा ਤੁਸੀਂ ਜਿਵੇਂ ਇੱਕ ਘੁੱਟ ਪੀਤੀ ਨਾਲ ਦੇ ਨਾਲ ਪੂਰੇ ਪੂਰੇ ਸੈਲਾਂ ਦੇ ਇਹਨੇ ਪੀ ਐਚ ਲੈਵਲ ਆਕਸੀਨ ਲੈਵਲ ਪੂਰੇ ਦੇ ਪੂਰਾ ਚੇਂਜ ਕਰ ਦੇਣਾ ਡੀ ਹਾਈਡਰੇਸ਼ਨ ਨੂੰ ਘਟਾ ਦੇਣਾ ਤਾਂ ਪਾਣੀ ਨੂੰ ਇਸ ਕਰਕੇ ਆਪਾਂ ਐਕਸਪਲੈਨ ਕਰ ਰਹੇ ਹਾਂ ਜਰੂਰੀ ਚੀਜ਼ ਹੈ ਅ ਅੱਜ ਦੇ ਸਮੇਂ 'ਚ ਪਾਣੀ ਸਾਡੇ ਕੋਲ ਹੈਗਾ ਫਿਲਟਰ ਕੀਤਾ ਹੋਇਆ ਫਿਲਟਰ ਆਰੂ ਵਾਲਾ ਪਾਣੀ ਆਰੂ ਵਾਲਾ ਪਾਣੀ ਸਾਫ਼ ਪਾਣੀ ਬਟ ਮੈਂ ਨਾਲੇ ਵੀ ਕਹਦੇ ਆਂ ਖਾਲੀ ਪਾਣੀ ਹੂੰ ਖਾਲੀ ਪਾਣੀ ਭਰਿਆ ਹੋਇਆ ਪਾਣੀ ਨਹੀਂ ਪਰ ਉਹ ਤਾਂ ਸਿਹਤ ਵਾਸਤੇ ਬੜਾ ਹੈਲਦੀ ਮੰਨਿਆ ਜਾਂਦਾ ਜੀ ਆਰੂ ਪਾਣੀ ਅਗਰ ਸਿਹਤ ਵਾਸਤੇ ਹਲਦੀ ਹੈ ਤਾਂ ਆਈ ਥਿੰਕ ਫਿਰ ਤਾਂ ਸਾਡੀ ਉਮਰ ਲੰਬੀ ਹੋਣੀ ਚਾਹੀਦੀ ਸੀ ਕਿਉਂਕਿ ਕਹਿੰਦੇ ਨਾ ਜਦੋਂ ਕਿਸੇ ਦੇ ਘਰੇ ਜਾਓ ਤਾਂ ਕਹਿੰਦੇ ਵੀ ਫਿਲਟਰ ਵਾਲਾ ਪੁੱਛਦੇ ਨੇ ਉਹ ਜਸਟ ਟ੍ਰੈਂਡ ਹੈ ਕਲਚਰ ਹੈ ਜਦੋਂ ਅਸੀਂ ਦੇਖੋ ਇਨਸਾਨ ਨਾ ਸਮਾਜਿਕ ਕਲਚਰ ਦੇ ਦਬਾਤ ਹੇਮੇਸ਼ਾ ਰਹਿੰਦਾ ਜਦੋਂ ਅਸੀਂ ਕਲਚਰ ਚ ਕਿਸੇ ਚੀਜ਼ ਨੂੰ ਕਨਵਰਟ ਕਰ ਦਿੰਨੇ ਆ ਤਾਂ ਉਹਨੂੰ ਭਾਵੇਂ ਤੁਸੀਂ ਮੰਨੋ ਭਾਵੇਂ ਨਾ ਮੰਨੋ ਤੁਹਾਨੂੰ ਉਹਨੂੰ ਅਪਣਾਉਣਾ ਪੈਂਦਾ ਹੈ ਕਟਿੰਗ ਤਾਂ ਉਹ ਕਲਚਰ ਦੀ ਚੀਜ਼ चलेगी बट जे आर ओ ਵਾਲਾ ਪਾਣੀ ਸੇ ਸਾਢੇ ਸੇਤ ਲਈ ਚੰਗਾ ਹੈ ਤਾਂ ਸਾਡੀ ਫਿਰ ਉਮਰ ਦਰਦ ਕਿਉਂ ਕੱਟ ਰਹੀ ਆ ਸਾਨੂੰ ਅਟੈਕ ਜਲਦੀ ਕਿਉਂ ਆ ਰਿਹਾ ਸਾਡੀਆਂ ਹੱਡੀਆਂ ਖੋਖਲੀਆਂ ਕਿਉਂ ਹੋ ਰਹੀਆਂ ਨੇ ਜੋੜ ਖੜਕੜ ਕਿਉਂ ਕਰ ਰਹੇ ਨੇ ਮੋਟਾਪਾ ਕਿਉਂ ਵੱਧ ਰਿਹਾ ਡਿਪਰੈਸ਼ਨ ਕਿਉਂ ਵੱਧ ਰਿਹਾ ਕਿਉਂਕਿ ਪਾਣੀ ਚ ਜਿਹੜੇ ਗੁੱਡ ਮਿਨਰਲਸ ਮਿਲਦੇ ਸੀ ਖਣਿਜ ਤੱਤ ਮਿਲਦੇ ਸੀ ਉਹ ਜਦੋਂ ਅਸੀਂ ਦੂਸ਼ਿਤ ਹੋਏ ਪਾਣੀ ਨੂੰ ਸਾਫ਼ ਕਰਨ ਪਹਿਲਾਂ ਤਾਂ ਪਾਣੀ ਦੂਸ਼ਿਤ ਹੋਇਆ ਫਿਰ ਉਹਨੂੰ ਸਾਨੂੰ ਸਾਫ਼ ਕਰਨਾ ਪਿਆ ਮਸ਼ੀਨ ਲਗਾ ਕੇ ਤਾਂ ਉਹ ਸਾਫ ਹੋਣ ਤੋਂ ਬਾਅਦ ਉਸ ਮਸ਼ੀਨ ਨੇ ਸਿਰਫ ਉਹਨੇ ਤੁਹਾਨੂੰ ਕਲੀਅਰ ਕਰਕੇ ਦੇ ਦਿੱਤਾ ਪਾਣੀ ਕਿਉਂਕਿ ਅਸੀਂ ਮਸ਼ੀਨ ਲਗਾਈ ਐ ਇਸੇ ਵਾਸਤੇ ਸੀ ਕਿ ਭਈ ਇਹ ਚ ਦੂਸ਼ਿਤ ਹੈ ਤਾਂ ਉਹਨੇ ਸਭ ਕੱਢਤਾ ਦੂਸ਼ਿਤ ਦੇ ਨਾਲ ਨਾਲ ਮਤਲਬ ਉਹਨੇ ਜਦੋਂ ਮਾੜੇ ਕੱਢੇ ਨਾਲ ਚੰਗੇ ਵੀ ਕੱਢਦੇ ਤੇ ਉਹਨੂੰ ਨਹੀਂ ਪਤਾ ਹੈਗਾ ਚੰਗਾ ਰੱਖਣਾ ਇਸ ਤਰ੍ਹਾਂ ਦੀ ਟੈਕਨੀਕ ਉਹ ਚ ਨਹੀਂ ਲਗਾਈ ਜਾ ਸਕਦੀ ਫਿਲਹਾਲ ਤਾਂ ਉਹਨੇ ਸਭ ਕੱਢਤਾ ਤਾਂ ਉਹਨੇ ਕਲੀਅਰ ਕ੍ਰਿਸਟਲ ਵਾਟਰ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਤੇ ਕਲੀਅਰ ਕ੍ਰਿਸਟਲ ਵਾਟਰ ਪੇਸ਼ ਕਰਤਾ ਤਾਂ ਇਹ ਖਾਲੀ ਪਾਣੀ ਹੈ ਭਰਿਆ ਹੋਇਆ ਪਾਣੀ ਨਹੀਂ ਆ ਉਹਨੂੰ ਪਰਣਾ ਤੁਸੀਂ ਆਪ ਸੀ ਬਟ ਉਹ ਤੁਸੀਂ ਤਾਂ ਇਹ ਸੋਚ ਬਣਾਓਗੇ ਨੂੰ ਵਾਪਸ ਪਰਨ ਦੀ ਜੇ ਤੁਹਾਨੂੰ ਸੈੱਲ ਤੇ ਹਵਾ ਤੇ ਖਣਿਜ ਤੱਤਾਂ ਦੇ ਕਨੈਕਸ਼ਨ ਦੀ ਸਮਝ ਹੋਏਗੀ ਅਦਰਵਾਈਜ਼ ਤੁਹਾਡੇ ਲਈ ਤਾਂ ਫਿਲਟਰ ਦਾ ਪਾਣੀ ਫਿਲਟਰ ਵਾਲਾ ਹੀ ਹੈ ਠੀਕ ਹੈ ਤਾਂ ਇਹਦੇ ਇਹਦੇ ਆਪਾਂ ਘਰੇਲੂ ਰੈਮਡੀਜ਼ ਵੀ ਦੱਸਾਂਗੇ ਕਿ ਇਹਨੂੰ ਤੁਸੀਂ ਮਿਨਰਲ ਰਿਚ ਕਿਵੇਂ ਬਣਾਉਣਾ ਹੈ ਖਣਿਜ ਤੱਤਾਂ ਨਾਲ ਭਰਨਾ ਕਿਵੇਂ ਇਹਨੂੰ ਖਾਲੀ ਨਾ ਪੀਓ ਖਾਲੀ ਪਾਣੀ ਨਾਲ ਤੁਹਾਡੇ ਸੈੱਲ ਦੀ ਪਿਆਸ ਨਹੀਂ ਬੁਝਦੀ ਪੂਰੇ ਦੇ ਪੂਰੇ ਰੋਮ ਕਰੋੜਾ ਰੋਮ ਜਿਹੜੇ ਹੈਗੇ ਨੇ ਉਹ ਭੁੱਖੇ ਬੈਠੇ ਨੇ ਪਿਆਸੇ ਬੈਠੇ ਆ ਤਾਂ ਉਹਨੂੰ ਅਸੀਂ ਜੇ ਅਗਰ ਅਸੀਂ ਰੋਗੀ ਆ ਤਾਂ ਸਾਨੂੰ ਉਹ ਉਹ ਖਣਿਜ ਤੱਤਾਂ ਦੀ ਥੈਰੇਪੀ ਨਾਲ ਜੁੜਨਾ ਪਏਗਾ ਅਗਰ ਅਸੀਂ ਹੈਲਦੀ ਆ ਤਾਂ ਤੁਹਾਨੂੰ ਆਪਣੀ ਕਿਚਨ ਦੀ ਥੈਰੇਪੀ ਨਾਲ ਜੁੜਨਾ ਪਏਗਾ ਆਪਾਂ ਦੋਨਾਂ ਦੇ ਹੱਲ ਆਪਾਂ ਦੱਸ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਆਪਾਂ ਮੈਂ ਹੈਲਪ ਵਾਸਤੇ ਕਹਾਗਾ ਸਾਡੇ ਕੈਮਰਾ ਪਰਸਨ ਨੂੰ ਕਿ ਉਹ ਹੈਲਪ ਕਰ ਦੇਣ ਇਸ ਜੀ 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 ਵਾਸਤੇ ਹਾਂ ਲਓ ਸਰ ਪਲੀਜ਼ ਆਇਓ ਅਬਸਤ ਬਾਹਰੀ ਪਕੜਨੀ ਤੁਸੀਂ ਇਹਦਰ ਮਿੰਦਰ ਜੀ ਵਾਇਰ ਹੈ ਬਲਬ ਦੇ ਹੋਲਡਰ ਵਾਲਾ ਕਨੈਕਸ਼ਨ ਹੈ ਸਾਰਾ ਉਧਰ ਆਪਾਂ ਕਨੈਕਟ ਕਰ ਦਿੱਤੀ ਕੀ ਔਰ ਜਦੋਂ ਆਪਸੇ ਆਪ ਇਹਨੂੰ ਜੋੜਾਂਗੇ ਤਾਂ ਬਲਬ ਜਗੇਗਾ ਜੋ ਕਿ ਬਿਜਲੀ ਦਾ ਇੱਕ ਕੰਮ ਹੈ ਉਹ ਕਰੇਗੀ ਜਿਵੇਂ ਕਿ ਪਾਣੀ ਨੂੰ ਅਸੀਂ ਬਿਜਲੀ ਦਾ ਚੰਗਾ ਸਰੋਤ ਮੰਨਦੇ ਆ ਗੁੱਡ ਕੰਡਕਟਰ ਮੰਨਦੇ ਆ ਜਿਹਦੇ ਨਾਲ ਸਾਨੂੰ ਇਹ ਸਮਝ ਲੱਗੂ ਕਿ ਸਾਡਾ ਪਾਣੀ ਖਾਲੀ ਹੈ ਜਾਂ ਭਰਿਆ ਤਾਂ ਨਾਰਮਲੀ ਹੈ ਕਿ ਜਦੋਂ ਪਾਣੀ ਦੇ ਵਿੱਚ ਮਿਨਰਲਸ ਹੋਣਗੇ ਤਾਂ ਉਹ ਤਾਂ ਹੀ ਪਿਛਵਾਰੀ ਬਿਜਲੀ ਨੂੰ ਪ੍ਰੋਪਰ ਪਾਸ ਕਰ ਸਕੇਗਾ ਗੈਟਿੰਗ ਤਾਂ ਤੁਹਾਨੂੰ ਇਹ ਬਹੁਤ ਮੱਧਮ ਮਿਲੇਗਾ ਇਹਦੇ ਵਿੱਚ ਔਰ ਜੇ ਤੁਸੀਂ ਹਾਈ TDS ਤੇ ਕੀਤਾ ਹੋਏਗਾ ਤੁਹਾਨੂੰ ਇਹ ਵੀ ਨਹੀਂ ਮਿਲੇਗਾ ਠੀਕ ਹੈ ਤਾਂ ਇਸ ਟਾਈਮ ਮੈਂ ਚਾਹੂੰਗਾ ਕਿ ਤੁਸੀਂ ਇਸ ਵਾਇਰ ਨੂੰ ਪਕੜ ਕੇ ਰੱਖੋ ਆ ਦੇਖੋ ਬਸ ਇਹ ਤੋਂ ਆਨ ਉੱਪਰ ਕਰ ਲਓ ਯੈਸ ਤਾਂ ਇਹ ম্যাগਨੀਸ਼ੀਅਮ ਥੈਰੇਪੀ ਹੈ ਮੈਂ ਤੁਹਾਨੂੰ ਕਿਹਾ ਸੀ ਕਿ ਜੇ ਤੁਸੀਂ ਕਿਸੇ ਰੋਗ 'ਚ ਫਸੇ ਹੋਏ ਤਾਂ ਤੁਹਾਨੂੰ ਥੈਰੇਪੀ ਵੱਲ ਮੂਵ ਕਰਨਾ ਪਏਗਾ ਅਗਰ ਤੁਸੀਂ ਤੰਦਰੁਸਤੀ ਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਘਰ ਦੀ ਹੋਮ ਰੈਮਡੀ ਜਿਹੜੀ ਅੱਪ ਅੱਗੇ ਦੱਸਾਂਗੇ ਉਹਨੂੰ ਅਪਣਾਉਣਾ ਪਵੇਗਾ ਤਾਂ ਜਿੰਨੇ ਵੀ ਰੋਗੀ ਨੇ ਚਾਹੇ ਉਹ ਟਿਊਮਰ ਨਾਲ ਜੁੜੇ ਨੇ ਚਾਹੇ ਉਹ ਫਾਈਬਰਨ ਨਾਲ ਜੁੜੇ ਨੇ ਚਾਹੇ ਉਹ ਗੋਲ ਸਟੋਨ ਨਾਲ ਜੁੜੇ ਨੇ ਚਾਹੇ ਉਹ ਲੀਵਰ ਦੀ ਸਿਸਟ ਨਾਲ ਜੁੜੇ ਨੇ ਚਾਹੇ ਪੈਨਕ੍ਰੀਆ ਦੀ ਸਿਸਟ ਨਾਲ ਜੁੜੇ ਨੇ ਚਾਹੇ ਕਿਸੇ ਵੀ ਤਰ੍ਹਾਂ ਦੀ ਐਕਸਟਰਾ ਗ੍ਰੋਥ ਜਿੱਥੇ ਬਾਡੀ ਆਪਣੇ ਅੰਦਰ ਕੈਂਸਰ ਦਾ ਮਾਹੌਲ ਬਣਾ ਰਹੀ ਹੈ ਉਥੇ ਮੈਗਨੀਸ਼ੀਅਮ ਥੈਰੇਪੀ ਰਾਹੀਂ ਹੀ ਜਿਹੜੀ ਕਿ ਡਾਕਟਰ ਲਾਇਨਸ ਪੋਲਿੰਗ ਦੀ ਟੂ ਟਾਈਮ ਨੋਬਲ ਪ੍ਰਾਈਜ਼ ਵਿਨ ਉਹਦੇ ਉਹਨੂੰ ਅਸੀਂ ਇੰਟਰੋਡਿਊਸ ਕਰਵਾਉਂਦੇ ਆ ਇਹ ਪਿਛਲੇ 16 ਸਾਲ ਤੋਂ ਅਸੀਂ ਉਹਨੂੰ ਆਪਣੇ ਟ੍ਰੀਟਮੈਂਟ ਚ ਐਜ਼ ਅ ਮੈਗਨੀਜ਼ਮ ਥੈਰਪੀ ਦੇ ਰਹੇ ਆ ਤਾਂ ਇਹ ਪਾਣੀ ਦੇ ਵਿੱਚ ਜਿਵੇਂ ਐਡ ਹੁੰਦੀ ਆ ਤਾਂ ਜਿਹੀ ਦੇਖੋ 200 20 ਵੋਲਟੇਜ ਦੇ ਨਾਲ ਜੋੜਿਆ ਹੈ ਲੇਕਿਨ ਬਲਬ 0 ਵੋਲਟ ਵੋਲਟੇਜ ਵਾਲੇ ਲੈਵਲ ਤੇ ਜਗ ਰਿਹਾ ਤਾਂ ਜਿਵੇਂ ਆਪਾਂ ਇਹਦੀਆਂ ਕੁਝ ਡ੍ਰੌਪਸ ਪਾਣੀ ਦੇ ਵਿੱਚ ਐਡ ਕਰਦੇ ਆ ਰੋਸ਼ਨੀ ਬਾਤ ਰਹੀ ਹੈ ਤਾਂ ਉਸੇ ਟਾਈਮ ਬਲਬ ਆਪਣੇ ਪ੍ਰੋਪਰ ਵੋਲਟੇਜ ਚ ਆ ਜਾਂਦੇ ਆ ਆਪਾਂ ਵੋਲਟੇਜ ਨਹੀਂ ਬਦਾਈ ਕੋ ਪਹਿਲਾਂ ਵੀ 220 ਸੀ ਹੁਣ ਵੀ 220 ਆ ਆਪਾਂ ਸਿਰਫ ਸੈੱਲ ਤੇ ਮਿਨਰਲਸ ਦੀ ਦੂਰੀ ਘਟਾ ਦਿੰਦੀ ਆ ਸੈੱਲ ਨੂੰ ਉਹਦੇ ਮੈਂਬਰਨ ਤੱਕ ਪਹੁੰਚਾਉਣ ਦੇ ਵਿੱਚ ਹੈਲਪ ਕਰਵਾ ਦਿੰਦੀ ਆ ਹੁਣ ਇਹ ਤਾਂ ਹੈ ਨਹੀਂ ਕਿ ਤੁਸੀਂ ਮਿਨਰਲਸ ਵੱਖਰੇ ਕੁਝ ਵੱਖਰੀ ਤਰੀਕੇ ਨਾਲ ਖਾਣੇ ਪਾਣੀ ਪੀਓਗੇ ਮਿਨਰਲਸ ਜਾਏਗਾ ਫਲ ਖਾਓਗੇ ਮਿਨਰਲਸ ਜਾਏਗਾ ਸਲਾਦ ਖਾਓਗੇ ਮਿਨਰਲਸ ਜਾਏਗਾ ਰੋਟੀ ਪਾਣੀ ਸ਼ਕੋਗੇ ਮਿਨਰਲਸ ਜਾਏਗਾ ਦੁੱਧ ਪੀਓਗੇ ਮਿਨਰਲਸ ਜਾਏਗਾ ਕਿਉ ਖਾਓਗੇ ਮਿਨਰਲਸ ਜਾਏਗਾ ਲੇਕਿਨ ਉਹਦਾ ਸੈੱਲ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਉਸ ਦੂਰੀ ਨੂੰ ਘਟ ਕਰਨ ਵਾਸਤੇ ਤੁਹਾਡੇ ਫੂਡ ਦੇ ਵਿੱਚ ਮਿਨਰਲਸ ਖਣਿਜ ਤੱਤ ਹੋਣੇ ਬਹੁਤ ਜ਼ਰੂਰੀ ਹੈ ਸੋ ਇਹਨੂੰ ਅਸੀਂ ਮੈਗਨੀਜ਼ਮ ਥੈਰੇਪੀ ਬੋਲਦੇ ਆ ਜੇ ਅਸੀਂ ਰੋਗਾਂ ਨਾਲ ਘਿਰੇ ਹੋਏ ਆ ਤਾਂ ਸਾਨੂੰ ਇਸ ਥੈਰੇਪੀ ਨਾਲ ਜੁੜਨਾ ਪਏਗਾ ਅਸੀਂ ਆਲਰੇਡੀ ਸਾਡੇ ਸਾਰੇ ਦੇ ਸਾਰੇ ਰਿਸਰਚ ਸੈਂਟਰਾਂ ਦੇ ਉੱਪਰ ਇਹ 24 ਘੰਟੇ ਅਵੇਲੇਬਲ ਰਹਿੰਦੀ ਸਾਡੇ ਐਕਸਪਰਟ ਦੀ ਥੈਰੇਪੀ ਦੇ ਨਾਲ ਬਹੁਤ ਸਾਰੇ ਪਿਛਲੇ 16 ਸਾਲ ਤੋਂ ਹਜ਼ਾਰਾਂ ਮਰੀਜ਼ਾਂ ਨੂੰ ਸੀ ਠੀਕ ਕਰ ਚੁੱਕਿਆ ਗਿਆ ਸੋ ਹੋਪਫਲੀ ਦਰਸ਼ਕਾਂ ਨੂੰ ਇਹ ਗੱਲ ਸਮਝ ਆ ਚੁੱਕੀ ਹੋਏਗੀ ਕਿ ਜਿਹੜਾ ਪਾਣੀ ਤੁਸੀਂ ਪੀ ਰਹੇ ਹੋ ਤੁਹਾਡਾ ਖਾਲੀ ਹੈ ਬੇਸ਼ੱਕ ਆਪਣੇ ਫਿਲਟਰ ਕੀਤੇ ਹੋਏ ਪਾਣੀ ਨੂੰ ਤੁਸੀਂ ਇਸ ਤਰ੍ਹਾਂ ਦੀ ਵਾਇਰ ਬਣਾ ਕੇ ਘਰੇ ਵੀ ਟੈਸਟ ਕਰ ਸਕਦੇ ਹੋ ਹਾਂ ਇਹਨੂੰ ਪੜਨਾ ਕਿਵੇਂ ਇਹ ਖਣਿਜ ਤੱਤਾਂ ਨਾਲ ਜੇਕਰ ਰੋਗੀ ਹੋ ਤਾਂ ਮੈਗਨੀਸ਼ੀਅਮ ਥੈਰੇਪੀ ਨਾਲ ਜੁੜਨਾ ਪੈਗਾ ਕਿਉਂਕਿ ਬੋਡੀ ਦਾ ਸਭ ਤੋਂ ਮੇਜਰ ਮੈਗਨੀਸ਼ੀਅਮ ਜਿਹੜਾ ਮਿਨਰਲ ਸਖਣਿਜ ਤੱਤ ਉਹ ਮੈਗਨੀਸ਼ੀਅਮ ਹੀ ਹੈ ਤਾਂ ਮੈਗਨੀਜ਼ਮ ਜਦੋਂ ਮੇਜਰ ਲੈਵਲ ਤੇ ਬੋਡੀ 'ਚ ਘਟਦਾ ਹੈ ਤਾਂ ਉਦੋਂ ਹਾਰਟ, ਬ੍ਰੇਨ, ਕਿਡਨੀ, ਚਮੜੀ, ਆਂਤੜੀ, ਪੈਨਕਰੀਆ, ਸੈਕਸ਼ੂਅਲ ਡਿਸਆਰਡਰ, ਰੀਪਰੋਡਕਟਿਵ ਡਿਸਆਰਡਰ ਸਾਰੇ ਹੀ ਇੱਕਦਮ ਰੋਗਾ 'ਚ ਕਨਵਰਟ ਹੁੰਦੇ ਆ ਤਾਂ ਦੈਨ ਉਦੋਂ ਤੁਸੀਂ ਹੋਮ ਰੈਮਡੀ ਨਾਲ ਉਹਨੂੰ ਕਵਰ ਨਹੀਂ ਕਰ पाओगे ਲੇਕਿਨ ਹੈਲਦੀ ਰਹਿਣਾ ਚਾਹੁੰਦੇ ਹੋ ਤਾਂ ਵਾਪਸ ਹੋਮ ਰੈਮਡੀ ਵੱਲ ਵੀ ਆਉਣਾ ਪਏਗਾ ਜਿਹੜਾ ਕਿ ਅਸੀਂ ਨੈਕਸਟ ਸਟੈਪ 'ਚ ਤੁਹਾਨੂੰ ਇੰਟਰੋਡਿਊਸ ਕਰਾਉਣੀ ਆ। ਥੈਂਕ ਯੂ ਤਰਮਿੰਦਰ ਜੀ। ਲੋਜੀ ਐ ਐਕਸਪੈਰੀਮੈਂਟ ਡਾਕਟਰ ਸਾਹਿਬ ਨੇ ਕਰਕੇ ਤੁਹਾਡੇ ਸਾਹਮਣੇ ਦਿਖਾ ਦਿੱਤਾ ਹੈ ਉਹ ਕਹਿੰਦੇ ਹੁੰਦੇ ਨੇ ਕਿ ਹਾਥ ਕੰਗਨ ਕੋ ਹਾਰਸੀ ਕਿਹਾ ਤੇ ਪੜੇ ਲਿਖੇ ਕੋ ਫਾਰਸੀ ਕਿਹਾ ਪੂਰਾ ਤੁਹਾਡੇ ਸਾਹਮਣੇ ਐਕਸਪੈਰੀਮੈਂਟ ਹੋ ਚੁੱਕਿਆ ਹੈ ਕਿ ਜਿਹੜੇ ਖਣਿਜ ਨੇ ਉਹਨਾਂ ਦੀ ਸਾਡੀ ਸਰੀਰ ਦੇ ਵਿੱਚ ਕਿੰਨੀ ਕੁ ਰਿਕੁਆਇਰਮੈਂਟ ਆ ਕਿਸ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਤੋਂ ਅੱਗੇ ਜਿਹੜਾ ਉਹ ਆਪਣਾ ਅਰਕ ਲੈਨੇ ਆ ਤੇ ਹੌਲੀ ਹੌਲੀ ਜਿਹੜੀ ਸਾਡਾ ਸਰੀਰ ਆ ਉਹ ਸਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਕੁਝ ਇੱਕ ਜਾਂਦੇ ਜਾਂਦੇ ਰੈਮਡੀਜ਼ ਜ਼ਰੂਰ ਦੱਸ ਦਿਓ ਜੀ ਜਿਸ ਦੇ ਨਾਲ ਸਾਡੇ ਜਿਹੜੇ ਦਰਸ਼ਕ ਨੇ ਉਹ ਸਿੱਧਵੰਦ ਰਹਿ ਸਕਣ ਤਾਂ ਤਰਮਿੰਦਰ ਜੀ ਦੂਸਰੀ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਜਿਹੜੇ ਲੋਕ ਮਰੀਜ਼ ਨੇ ਉਹਨਾਂ ਨੂੰ ਤਾਂ ਦੇਖੋ ਐਕਸਪਰਟ ਦੇ ਨਾਲ ਜੁੜਨਾ ਪਏਗਾ ਜਿਹੜੇ ਲੋਕ ਅਜ ਹੈਲਦੀ ਨੇ ਘਰੇ ਹੈਲਦੀ ਰਹਿਣਾ ਚਾਹੁੰਦੇ ਨੇ ਭਾ ਚਾਹੇ ਉਹ ਇੱਕ ਦਿਨ ਦਾ ਬੱਚਾ ਹੀ ਕਿਉਂ ਨਹੀਂ ਹੈ ਤਾਂ ਉਹਨੂੰ ਤੁਸੀਂ ਹੋਮ ਰੈਮਡੀਜ਼ ਦੇ ਨਾਲ ਵੀ ਇਸ ਸੀਜ਼ਨ ਨਾਲ ਜੋੜ ਕੇ ਰੱਖ ਸਕਦੇ ਹੋ ਤਾਂ ਉਹਦੇ ਵਾਸਤੇ ਸਾਡੀ ਸੰਸਥਾ ਨੇ ਮੈਗਨੀਸ਼ੀਅਮ ਸਾਲਟ ਬਣਾਇਆ ਤਾਂ ਨੇਚਰ ਨੇ ਜਸਟ ਸਾਡੀ ਸੰਸਥਾ ਇਹ ਸੇਵਾ ਨਿਭਾ ਰਹੀ ਕਿ ਇਹਨੂੰ ਇੰਟਰੋਡਿਊਸ ਕਰਵਾ ਰਹੀ ਪਹੁੰਚ ਕਰਵਾ ਰਹੀ ਹੈ ਮੈਗਨੀਜ਼ਮ ਸాల్ਟ ਜਿਹੜਾ ਕਿ 84 ਤਰ੍ਹਾਂ ਦੇ ਖਣਿਜ ਤੱਤ ਜਿਹੜੇ ਕਿ ਕੁਦਰਤ ਨੇ ਦਿੱਤੇ ਹੋਏ ਆ ਆਲਰੇਡੀ ਚ ਪਏ ਆ ਇਹਨੂੰ ਤੁਸੀਂ ਆਪਣੀ ਕੁਕਿੰਗ ਚ ਇਹਨੂੰ ਤੁਸੀਂ ਆਪਣੇ ਪਾਣੀ ਚ ਐਡ ਕਰਕੇ ਰੈਗੂਲਰ ਦੀ ਡਾਈਟ ਦੇ ਰੂਪ ਚ ਲੈ ਸਕਦੇ ਹੋ ਤਰੀਕਾ ਮੈਂ ਦੱਸਣਾ ਚਾਹੂੰਗਾ ਪਹਿਲੀ ਤਾਂ ਚੀਜ਼ ਅਗਰ ਤੁਸੀਂ ਫਿਲਟਰ ਵਾਟਰ ਯੂਜ਼ ਕਰ ਰਹੇ ਹੋ ਤਾਂ ਉਸ ਪਾਣੀ ਨੂੰ ਘੜੇ ਦੇ ਵਿੱਚ ਸਟੋਰ ਕਰੋ ਹੁਣ ਸਰਦੀਆਂ ਆਉਣ ਵਾਲੀਆਂ ਤਾਂ ਘੜੇ ਨੂੰ ਤੁਸੀਂ ਰੈਗੂਲਰ ਸਟੋਰ ਕਰਨ ਦੇ ਨਾਲੋਂ ਬੈਟਰ ਹੈ ਸਟੀਲ ਜਾਂ ਤੁਸੀਂ ਤਾਂਬਾ ਜਾਂ ਪਿੱਤਲ ਦੇ ਵਿੱਚ ਸਟੋਰ ਕਰੋ ਕਰ ਸਕਦੇ ਹੋ ਅਗਰ ਸਰਦੀਆਂ ਵੱਧਦੀਆਂ ਨੇ ਜਾਂ ਬਾਰਿਸ਼ ਦੇ ਦਿਨ ਹੁੰਦੇ ਨੇ ਤਾਂ ਤੁਸੀਂ ਤਾਂ ਵੀ ਘੜੇ ਦੇ ਵਿੱਚ ਪਾਣੀ ਸਟੋਰ ਨਹੀਂ ਕਰ ਸਕਦੇ ਯੈਸ ਆਰਓ ਵਾਲੇ ਪਾਣੀ ਨੂੰ ਸਟੋਰ ਕਰੋ ਔਰ ਦੈਨ ਉਸ ਤੋਂ ਬਾਅਦ ਉਸ ਖਾਲੀ ਪਾਣੀ ਨੂੰ ਤੁਸੀਂ ਭਰਨਾ ਹੈ ਕਾ ਦੇ ਨਾਲ ਖਣਿਜ ਦਿੱਤਾ ਨਾਲ ਭਰਨ ਵਾਸਤੇ ਅ ਦੂਸਰਾ ਜਿਹੜਾ ਕਿ ਹੋਮ ਰੈਮਡੀਜ਼ ਤੌਰ ਤੇ ਤੁਸੀਂ ਮੈਗਨੀਸ਼ੀਅਮ ਸਾਲਟ ਘੜੇ ਦੇ ਵਿੱਚ ਲੈ ਜਾਣਾ ਔਰ ਕੀ ਕਰਨਾ ਹੈ ਕਿ ਅਗਰ ਪਾਣੀ ਦੀ ਮਾਤਰਾ 10 ਲੀਟਰ ਹੈ ਜਿਹੜੀ ਤੁਸੀਂ ਸਟੋਰ ਕੀਤਾ ਹੋਇਆ ਤਾਂ ਚਮ ਚਮਚ ਦਾ ਚੌਥਾ ਹਿੱਸਾ ਬੇਕਿੰਗ ਸੋਡਾ ਜਿਸ ਨੂੰ ਸੀ ਮਿੱਠਾ ਸੋਡਾ ਕਹਿੰਦੇ ਆਂ ਔਰ ਅੱਧਾ ਚਮਚ ਤੁਸੀਂ ਮੈਗਨੀਜ਼ਮ ਸਾਲਟ ਉਹਦੇ ਵਿੱਚ ਐਡ ਕਰ ਦੋਗੇ ਔਰ ਪੂਰੀ ਤੇ ਪੂਰੀ ਫੈਮਿਲੀ ਆ ਰੈਗੂਲਰ ਉਸ ਪਾਣੀ ਨੂੰ ਯੂਜ਼ ਕਰੇ ਉਹ ਤੁਹਾਡਾ ਖਣਿਜ ਤੱਤਾਂ ਨਾਲ ਭਰਿਆ ਹੋਇਆ ਐਲਕੈਲਾਈਨ ਜਿਹੜਾ ਕਿ ਸੈੱਲ ਤੇ ਹਵਾ ਦੇ ਵਿੱਚ ਆਉਣ ਵਾਲੇ ਮਿਲਣ ਵਾਲੇ ਮਿਨਰਲਸ ਦੀ ਦੂਰੀ ਨੂੰ ਬਿਲਕੁਲ ਘਟਾ ਕੇ ਮੇਲ ਦੇ ਵਿੱਚ ਕਨਵਰਟ ਕਰ ਦੇਗਾ ਭਾਵ ਸੈੱਲ ਤੇ ਖਣਿਜ ਤੱਤਾਂ ਦਾ ਵਿਆਹ ਹੋ ਜੇਗਾ ਜਦੋਂ ਵਿਆਹ ਹੋਏਗਾ ਤਾਂ ਸਰੀਰ ਉਹਦੇ ਵਿੱਚੋਂ ਜਿਹੜਾ ਬੱਚਾ ਪੈਦਾ ਹੋਏਗਾ ਉਹਨੂੰ ਕਹੋਗੇ ਤੰਦਰੁਸਤੀ ਤਾਂ ਤੁਹਾਡੇ ਸਰੀਰ ਦੇ ਸੈੱਲਾਂ ਨੂੰ ਤੰਦਰੁਸਤੀ ਮਿਲੇਗੀ ਸੈੱਲ ਜਿਹੜੇ ਕੈਂਸਰ ਮਾਹੌਲ ਤੋਂ ਦੂਰ ਜਾਣਗੇ ਆਕਸੀਜਨ ਵਾਲਾ ਮਾਹੌਲ ਹੋਏਗਾ ਜੀਵਨ ਆਪਣੇ ਆਪ ਹੀ ਤੰਦਰੁਸਤ ਵੱਲ ਜਾਏਗਾ ਲੰਬੀ ਜੀਵਨ ਵੱਲ ਜਾਏਗਾ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਨੇਚਰਲ ਸਾਇੰਸ ਜਿਹੜੀਆਂ ਚੀਜ਼ਾਂ ਸਾਡੇ ਕੋਲ ਪਈਆਂ ਨੇ ਕੁਦਰਤ ਨੇ ਦਿੱਤੀਆਂ ਨੇ ਅਸੀਂ ਆਪਣੇ ਪੰਜਾਬ ਨੂੰ ਤੰਦਰੁਸਤ ਬਣਾਉਣ ਲਈ ਆਪਣੇ ਦੇਸ਼ ਨੂੰ ਤੰਦਰੁਸਤ ਬਣਾਉਣ ਲਈ ਸੌਖੇ ਸੋਬਰ ਪਾਸ਼ਾ ਜੀ ਤੁਹਾਡੇ ਤੱਕ ਅਵੇਲੇਬਲ ਤੋਂ ਮੁਹैया ਕਰਵਾਈਏ ਬਿਲਕੁਲ ਜੀ ਵੈਲਬਿੰਗ ਦਾ ਮਤਲਬ ਹੀ ਤੰਦਰੁਸਤੀ ਹੈ ਤੇ ਹੈਲਥ ਆਰਗੇਨਾਈਜੇਸ਼ਨ ਉਹਦੇ ਨਾਲ ਜੁੜ ਗਿਆ ਤਾਂ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਹੋ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਡਾਕਟਰ ਸਾਹਿਬ ਤੋਂ ਇਲਾਵਾ ਸੌਖੇ ਸ਼ਬਦਾਂ ਦੇ ਵਿੱਚ ਕੋਈ ਇਸ ਨੂੰ ਐਕਸਪਲੇਨ ਕਰ ਸਕਦਾ ਸੀ ਕਿ ਨੇਚਰਲ ਸਾਇੰਸ ਅਸਲ ਦੇ ਵਿੱਚ ਹੈ ਕੀ ਡਾਕਟਰ ਸਾਹਿਬ ਤੁਸੀਂ ਸਾਡੇ ਲਈ ਆਪਣਾ ਕੀਮਤੀ ਸਮਾਂ ਕੱਢਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸ਼ੁਕਰੀਆ ਡੀ5 ਪੰਜਾਬੀ ਸਾਰੇ ਚੈਨਲਾਂ ਨੂੰ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਸ ਵੇਲੇ ਕਿ ਤੁਸੀਂ ਪਹਿਲਾਂ ਵੀ ਬਹੁਤ ਸਾਰੀ ਵੀਡੀਓ ਨੂੰ ਪਿਆਰ ਦਿੰਦੇ ਹੋ ਆਪਣਾ ਪਿਆਰ ਤੇ ਅਸ਼ੀਰਵਾਦ ਜਰੂਰ ਦਿੰਦੇ ਰਹੋ ਇਹ ਨਾਲ ਸਾਾਨੂੰ ਤੇ ਸਾਡੀ ਟੀਮ ਨੂੰ ਬਹੁਤ ਹੌਸਲਾ ਮਿਲਦਾ ਹੈ ਸਾਡੇ ਅੰਦਰ ਉਤਸ਼ਾਹ ਵੱਧਾ ਹੈ ਤੇ ਆਪਣੇ ਦੇਸ਼ ਤੇ ਪੰਜਾਬ ਲਈ ਕੰਮ ਕਰਨ ਦਾ ਹੋਰ ਸਾਡੇ ਅੰਦਰ ਜਜ਼ਬਾ ਵੱਧਾ ਹੈਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੋ ਇਸ ਐਪੀਸੋਡ ਦੇ ਵਿੱਚ ਫਿਲਹਾਲ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਨਵੀਂ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ